ਜਸ ਗੱਲ ਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਥੈਂਕ ਯੂ ਸੋ ਮੱਚ। ਆਰਾਮ ਨਾਲ ਸਾਰੇ ਇਕੱਠੇ ਹੋ ਕੇ ਬੈਠੇ ਹਾਂ, ਬਹੁਤ ਗੱਲਾਂ ਕਰਦੇ ਹਾਂ, ਬੜੀਆਂ ਡਿਫੀਕਲਟ ਸਿਚੁਏਸ਼ਨਸ ਡਿਸਕਸ ਕਰਦੇ ਹਾਂ। ਕੱਲ੍ਹ ਵਾਕਣ ਯੂ ਨੋ ਡਾਕਟਰ ਸਾਹਿਬ ਨਾਲ ਜਿਵੇਂ ਗੱਲ ਕੀਤੀ ਸੀ, ਹੋਰ ਬੜੇ ਗੈਸਟ ਨਾਲ ਗੱਲ ਕਰਦੇ ਹਾਂ। ਕਦੀ ਕਦੀ ਇੰਝ ਲੱਗਦਾ ਹੈ ਕਿ ਯੂ ਨੋ ਥੋੜ੍ਹਾ ਲਾਈਟਰ ਟੋਪਿਕ ਵੀ ਹੋਣਾ ਚਾਹੀਦਾ ਆਪਸ ਵਿੱਚ, ਜਿਹੜਾ ਕਿ ਸਾਨੂੰ ਇਕੱਠਾ ਕਰੇ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਹੋਬੀਜ਼ ਦੇ ਬਾਰੇ। ਪਰ ਇੰਟਰਸਟਿੰਗ ਗੱਲ ਇਹ ਹੈ ਕਿ ਅਸੀਂ ਜਦੋਂ ਛੋਟੇ ਹੁੰਦੇ ਸੀ ਹੋਬੀਜ਼ ਦਾ ਬੜਾ ਜ਼ਿਕਰ ਹੁੰਦਾ ਸੀ। ਸ਼ੌਂਕ ਕੀ ਹੈ ਬਈ ਤੁਹਾਨੂੰ, ਯੂ ਨੋ ਤੁਹਾਡੇ ਕੀ ਸ਼ੌਂਕ ਨੇ, ਮਤਲਬ ਵਿਹਲੇ ਟਾਈਮ ਦੇ ਵਿੱਚ ਜਦੋਂ ਤੁਹਾਡਾ ਟਾਈਮ ਆਪਣੇ 'ਤੇ ਹੋਏ, ਕੋਈ ਮਜਬੂਰੀ 'ਚ ਤੁਸੀਂ ਕੋਈ ਚੀਜ਼ ਨਹੀਂ ਕਰ ਰਹੇ ਕਿ ਹਾਂ ਇਹ ਚੀਜ਼ ਤਾਂ ਕਰਨੀ ਪੈਣੀ ਹੈ, ਉਹਦੇ ਜਦੋਂ ਖੁੱਲ੍ਹਾ ਟਾਈਮ ਹੋਏ ਤਾਂ ਤੁਹਾਨੂੰ ਕੀ ਅੱਛਾ ਲੱਗਦਾ ਕਰਨਾ, ਤੁਸੀਂ ਆਪਣਾ ਟਾਈਮ ਜਿਹੜਾ ਖਾਲੀ ਹੈ ਉਹਨੂੰ ਸਪੈਂਡ ਕਰਨਾ ਕਿਸ ਤਰ੍ਹਾਂ, ਤੁਹਾਡਾ ਕੀ ਸ਼ੌਂਕ ਹੈ। ਸੋ ਪਰ ਇੰਟਰਸਟਿੰਗ ਗੱਲ ਇਹ ਹੈ ਕਿ ਕਈ ਜਿਹੜੇ ਯੰਗਸਟਰਸ ਹੈ ਔਰ ਅੱਜ ਕੱਲ੍ਹ ਦੀ ਦੌੜ ਭੱਜ ਦੇ ਵਿੱਚ ਬਿਜ਼ੀ ਹੋਏ ਹੈ, ਨਵੇਂ ਨਵੇਂ ਗ੍ਰੈਜੂਏਟਸ ਹੋਏ ਹੈ, ਕਾਲਜਿਸ 'ਚ ਗਏ ਔਰ ਉਸ ਤੋਂ ਬਾਅਦ ਜੋਬਸ ਲੱਗੀਆਂ ਔਰ ਆਪਣੇ ਆਪਣੇ ਜਿਹੜੇ ਯੂ ਨੋ ਘਰ ਤੋਂ ਨਿਕਲ ਕੇ ਹੋਰ ਟਿਕਾਣੇ ਬਣਾਏ, ਅਤੇ ਉਹਨਾਂ ਦਾ ਇੱਕ ਗਰੁੱਪ ਬੈਠਾ ਸੀ ਔਰ ਮੇਰੇ ਮੂੰਹ ਨਿਕਲਿਆ, ਮੈਂ ਕਿਹਾ ਅੱਛਾ ਫਿਰ ਮਤਲਬ ਕੀ ਕਰਦੇ ਹੋ ਜਦੋਂ ਖਾਲੀ ਹੁੰਦੇ ਹੋ, ਕੀ ਸ਼ੌਂਕ ਰੱਖਦੇ ਹੋ? ਕਹਿੰਦੇ ਓ ਆਂਟੀ ਵੀ ਹੈਵ ਨੋ ਟਾਈਮ ਫੋਰ ਸ਼ੌਂਕ, ਵੀ ਆਰ ਸੋ ਬਿਜ਼ੀ। ਸੋ ਮੈਨੂੰ ਲੱਗਿਆ ਕਿ ਹਾਏ ਇੰਨੀ ਜਵਾਨੀ 'ਚ ਹੀ ਆਪਣੇ ਸ਼ੌਂਕ, ਆਮ ਸ਼ੋਰ ਬਚਪਨ 'ਚ ਹੋਣੇ ਹੈ ਕੋਈ, ਜਾਂ ਇੱਕ ਹਰ ਇੰਡੀਵਿਜੁਅਲ ਦਾ ਇੱਕ ਹੁੰਦਾ ਹੈ ਕਿ ਹਾਂ ਮੈਂ ਖਾਲੀ ਹੋਵਾਂ ਤਾਂ ਮੈਂ ਮਿਊਜ਼ਿਕ ਸੁਣਾ, ਮੈਂ ਕੁਕਿੰਗ ਕਰਾਂ, ਮੈਂ ਕਲੀਨਿੰਗ ਕਰਾਂ, ਉਹ ਵੀ ਇੱਕ ਯੂ ਨੋ ਗਾਰਡਨਿੰਗ ਕਰਾਂ, ਕੁਛ ਵਜਾਵਾਂ ਜਾਂ ਮਿਊਜ਼ਿਕ ਸੁਣਾ, ਗਾਵਾਂ, ਪੋਇਟਰੀ ਕਰਾਂ, ਮਤਲਬ ਆਪਣੇ ਮਨ ਨੂੰ ਚੰਗਾ ਜੋ ਲੱਗਦਾ। ਅਤੇ ਇਹ ਬੱਚੇ ਹਾਲੇ ਸਟੈਪ ਰੱਖਿਆ ਵਰਲਡ ਦੀ ਅਸਲੀ ਵਿੱਚ, ਯੂ ਨੋ ਅੰਟਿਲ ਦੈਨ ਤੁਸੀਂ ਇੱਕ ਪ੍ਰੋਟੈਕਸ਼ਨ 'ਚ ਹੁੰਦੇ ਹੋ, ਪੇਰੈਂਟਸ ਦੀ ਦੇਖ ਰੇਖ 'ਚ ਹੁੰਦੇ ਹੋ, ਬਟ ਹਾਲੇ ਤਾਂ ਵਰਲਡ ਦੇ ਵਿੱਚ ਪੈਰ ਰੱਖਿਆ ਅਤੇ ਕਹਿ ਰਹੇ ਕਿ ਉਹ ਹੋ ਸਾਡੇ ਕੋਲ ਕੋਈ ਟਾਈਮ ਨਹੀਂ ਹੈ ਸ਼ੌਂਕਾਂ ਵਾਸਤੇ। ਸੋ ਮੈਨੂੰ ਲੱਗਿਆ ਕਿ ਸਮ ਹਾਓ ਇਹ ਇੱਕ ਦੁਬਾਰਾ ਗੱਲ ਇਸ ਬਾਰੇ ਜ਼ਰੂਰ ਹੋਣੀ ਚਾਹੀਦੀ ਹੈ ਕਿ ਸ਼ੌਂਕ ਹੋਣੇ ਕਿਉਂ ਜ਼ਰੂਰੀ ਹੈ, ਕਿਉਂ ਸਾਨੂੰ ਖਾਲੀ ਟਾਈਮ ਚਾਹੀਦਾ ਹੈ, ਔਰ ਇੱਕ ਐਸਾ ਟਾਈਮ ਜਿਹਦੇ 'ਚ ਸਾਨੂੰ ਆਈ ਥਿੰਕ ਅਸੀਂ ਸੇਵ ਹੋ ਜਾਂਦੇ ਹਾਂ ਜਦੋਂ ਕੋਈ ਅੱਛਾ ਕੋਈ ਗਾਉਣ ਵਾਲਾ ਹੈ ਜਾਂ ਕੋਈ ਵਜਾਉਣ ਵਾਲਾ ਹੈ, ਔਰ ਕੁਝ ਘੜੀਆਂ ਵੀ ਉਹ ਖਾਲੀ ਬੈਠ ਕੇ ਆਫਿਸ 'ਚੋਂ ਆ ਕੇ ਅਗਰ ਉਹ ਚੀਜ਼ ਕਰ ਲੈਂਦਾ ਤਾਂ ਕਿੰਨਾ ਰਿਲੈਕਸੇਸ਼ਨ ਹੁੰਦੀ ਹੈ। ਐਂਡ ਮਤਲਬ ਉਹ ਪੂਰਾ ਤੁਸੀਂ ਡਰੈਂਚ ਹੋਏ ਹੁੰਦੇ ਹੋ, ਪੂਰਾ ਇੱਕਦਮ ਵਿੱਚ ਧਸੇ ਹੁੰਦੇ ਔਰ ਕੁਛ ਹੋਸ਼ ਨਹੀਂ ਹੁੰਦੀ ਉਸ ਵੇਲੇ। ਇਸ ਤਰ੍ਹਾਂ ਦੀ ਕੋਈ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਇੱਕ ਜਾਂ ਦੋ ਐਸੇ ਸ਼ੌਂਕ ਜਿਹਦੇ 'ਚ ਤੁਹਾਨੂੰ ਖੁਦ ਅੱਛਾ ਲੱਗਦਾ ਔਰ ਤੁਹਾਨੂੰ ਕੋਈ ਹੋਰ ਨਹੀਂ ਕਹਿ ਰਿਹਾ ਕਿ ਇਹ ਕਰਨਾ ਤੁਹਾਡਾ ਜ਼ਰੂਰੀ ਹੈ। ਸੋ ਬਾਕੀ ਸਾਰੀਆਂ ਚੀਜ਼ਾਂ, ਸੋ ਜ਼ਰੂਰ ਆਪਣੀਆਂ ਹੋਬੀਜ਼ ਅੱਜ ਸ਼ੇਅਰ ਕਰੋ। ਕਿਸੇ ਨੂੰ ਗਾਉਣ ਦਾ ਸ਼ੌਂਕ ਹੈ, ਪੋਇਟਰੀ ਦਾ ਸ਼ੌਂਕ ਹੈ, ਸਾਰੇ ਵੈਲਕਮ ਹੋ, ਪਲੀਜ਼ ਸਵਾਗਤ ਹੈ ਸਾਰਿਆਂ ਦਾ। ਔਰ ਅਗਰ ਕੁਕਿੰਗ ਦਾ ਹੈ ਤਾਂ ਕਿਸ ਤਰ੍ਹਾਂ ਕਰਦੇ ਹੋ? ਕੁਕਿੰਗ ਇੱਕ ਰੂਟੀਨ 'ਚ ਕਰਨਾ ਹਰ ਕਿਸੇ ਦਾ ਯੂ ਨੋ ਉਹ ਤਾਂ ਇੱਕ ਬਣਿਆ ਵੀ ਹਾਂ ਖਾਣਾ ਹੈ ਅਤੇ ਫਿਰ ਬਣਾਉਣਾ ਵੀ ਪਏਗਾ, ਬਟ ਇੱਕ ਸ਼ੌਂਕ ਨਾਲ ਕਿ ਮੈਂ ਕੁਛ ਹੋਰ ਬਣਾਵਾਂ ਜਾਂ ਨਹੀਂ ਵੀ ਹੋਰ ਬਣਾਵਾਂ, ਟਾਈਮ ਘੱਟ ਹੈ ਅਤੇ ਸ਼ੌਂਕ ਨਾਲ ਮੈਨੂੰ ਕੁਕਿੰਗ ਦਾ ਸ਼ੌਂਕ ਹੈ। ਸੋ ਗਾਰਡਨਿੰਗ ਉਂਝੀ ਹੋ ਗਿਆ, ਹੋਰ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਹੋ ਸਕਦੀਆਂ। ਆਈ ਨੋ ਕਿ ਬਹੁਤ ਸਾਰੀ ਜਿਹੜੀ ਸਾਡੇ ਅੱਜ ਦੀ ਦੁਨੀਆ ਦੇ ਭਾਵੇਂ ਛੋਟੇ ਨੇ ਵੱਡੇ ਨੇ, ਬੜਾ ਸਾਰਾ ਆਪਣਾ ਖਾਲੀ ਟਾਈਮ ਫੋਨਾਂ ਦੇ ਉੱਤੇ ਅਤੇ ਟੀ ਵੀ ਦੇ ਉੱਤੇ ਗੁਜ਼ਰ ਰਿਹਾ, ਬਟ ਸਮ ਹਾਓ ਇਸ ਤੋਂ ਹਟ ਕੇ ਹੋਰ ਕੀ ਸ਼ੌਂਕ ਹੈ। ਔਰ ਟੀ ਵੀ ਵੀ ਠੀਕ ਹੈ, ਟੀ ਵੀ ਵੀ ਅਸੀਂ ਉਹ ਚੀਜ਼ ਦੇਖਦੇ ਹਾਂ, ਕਿਉਂਕਿ ਜਿਹੜਾ ਸ਼ੌਂਕ ਜਿਸ ਤਰ੍ਹਾਂ ਦਾ ਪ੍ਰੋਗਰਾਮ ਹੈ, ਹੁਣ ਕੋਈ ਵੀ ਹੋਏਗਾ ਜਿਹਨੂੰ ਸ਼ੌਂਕ ਹੈ ਯੂ ਨੋ ਐਨੀਮਲਸ ਅਤੇ ਨੈਸ਼ਨਲ ਜੀਓਗ੍ਰਾਫੀ, ਉਹ ਚੈਨਲ ਲਾ ਕੇ ਡਿਸਕਵਰੀ ਚੈਨਲ ਲਗਾ ਕੇ ਦੇਖ ਲੈਣਗੇ, ਕੋਈ ਗਾਣਿਆਂ ਦਾ ਯੂ ਨੋ ਐਸਾ ਚੈਨਲ, ਐਸਾ ਸ਼ੋਅ ਜਿਹੜਾ ਕਿ ਜਿੱਥੇ ਮਿਊਜ਼ਿਕ ਦਾ ਸ਼ੌਂਕ ਹੈ ਅਤੇ ਉਹ ਲਗਾਉਣਗੇ। ਸੋ ਉਹ ਵੀ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਚੂਜ਼ ਕਰਦੇ ਹੋ, ਬਟ ਓਵਰਆਲ ਤੁਹਾਡੀ ਕੀ ਹੋਬੀ ਹੈ ਇਹ ਸ਼ੇਅਰ ਕਰੋ। ਔਰ ਅਗਰ ਕੋਈ ਐਸੀ ਹੋਬੀ ਹੈ ਜਿਹੜੀ ਹੁਣ ਵੀ ਇਸ ਵੇਲੇ ਸ਼ੋਅ ਦੇ ਉੱਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਤੁਹਾਡਾ ਬਹੁਤ ਸਵਾਗਤ ਹੈ। ਸੋ ਮੈਂ ਸਾਰਿਆਂ ਨੂੰ ਇਨਵਾਈਟ ਕਰ ਰਹੀ ਹਾਂ, ਖੁੱਲ੍ਹਾ ਸੱਦਾ ਹੈ, ਆਓ, ਕਿਉਂਕਿ ਇੱਕ ਇਕੱਠੇ ਬੈਠ ਕੇ ਇਹ ਸਾਰਾ ਕੁਝ ਸ਼ੇਅਰ ਕਰਨਾ ਬੜਾ ਜ਼ਰੂਰੀ ਜਿਹਾ ਹੈ, ਇੱਕ ਲਾਈਟਰ ਮੂਮੈਂਟ, ਕਿਉਂਕਿ ਬਹੁਤ ਸੀਰੀਅਸ ਕਈ ਵਾਰੀ ਅਸੀਂ ਕਹਿੰਦੇ ਹਾਂ ਜ਼ਿੰਦਗੀ ਨੂੰ ਅਸੀਂ ਖੁਦ ਹੀ ਬਹੁਤ ਸੀਰੀਅਸ ਸਮਝ ਲਿਆ, ਸੀਰੀਅਸ ਬਣਾ ਲਿਆ।
ਛੋਟੀਆਂ ਛੋਟੀਆਂ ਗੱਲਾਂ, ਠੀਕ ਹੈ ਸਾਡਾ ਪਰਟੀਕੁਲਰ ਸ਼ੋਅ ਇਸ ਚੀਜ਼ ਦੇ ਵਿੱਚ ਬਹੁਤ ਹੈ ਕਿ ਹਾਂ ਸਾਨੂੰ ਸਿਚੁਏਸ਼ਨਸ ਆਉਂਦੀਆਂ ਔਰ ਸਾਨੂੰ ਉਸ ਦੀ ਗੱਲ ਕਰਨੀ ਪੈਂਦੀ ਹੈ, ਪਰ ਉਸ ਤੋਂ ਹਟ ਕੇ ਜਿਹਦੇ ਵੀ ਜ਼ਿੰਦਗੀ ਦੇ ਵਿੱਚ ਜੋ ਮਰਜ਼ੀ ਚੱਲ ਰਿਹਾ ਹੋਏ ਪਰ ਕੁਛ ਸ਼ੌਂਕ ਦੇ ਵੱਲ ਆਪਣਾ ਧਿਆਨ ਦੇਈਏ ਅਤੇ ਉਹ ਸਾਡੇ ਬੜੇ ਅੱਛੀ ਥੈਰੇਪੀ ਵੀ ਹੈ, ਉਹ ਇੱਕ ਐਂਟਰਟੇਨਮੈਂਟ ਵੀ ਹੈ ਅਤੇ ਸਾਨੂੰ ਰਿਲੀਫ ਵੀ ਮਿਲਦਾ ਇੱਕ ਬਿਜ਼ੀ ਫੀਲਿੰਗ ਤੋਂ ਕਿ ਹਾਂਜੀ ਮੈਂ ਬਹੁਤ ਬਿਜ਼ੀ ਹਾਂ, ਮੈਂ ਬਹੁਤ ਬਿਜ਼ੀ ਹਾਂ। ਉਹਦੇ ਤੋਂ ਇੱਕ ਓਵਰਵੈਲਮ ਹੋਣ ਨਾਲੋਂ ਕੁਛ ਘੜੀਆਂ ਆਪਣੇ ਸ਼ੌਂਕ ਦੇ ਵਿੱਚ ਬਿਤਾਈਏ ਅਤੇ ਬਹੁਤ ਕਿੰਨਾ ਵਧੀਆ ਲੱਗੇ। ਸੋ ਜ਼ਰੂਰ ਸ਼ੇਅਰ ਕਰੋ ਆਪਣਾ ਸ਼ੌਂਕ, ਔਰ ਨਾਲ ਹੀ ਸ਼ੇਅਰ ਕਰੋ ਅਗਰ ਬਾਈ ਚਾਂਸ ਤੁਹਾਡਾ ਪੋਇਟਰੀ ਹੈ, ਮਿਊਜ਼ਿਕ ਹੈ ਤਾਂ ਸਾਨੂੰ ਸੁਣਾ ਵੀ ਦਿਓ, ਦੈਟ ਵਿਲ ਬੀ ਵੰਡਰਫੁਲ। ਫਿਰ ਨਾਲ ਨਾਲ ਹੋਰ ਗੱਲ ਆਉਂਦੀ ਰਹੇਗੀ। ਲੈਟ ਮੀ ਸੀ ਸਾਰੇ ਕੀ ਕਹਿ ਰਹੇ ਨੇ, ਸ਼ੁਰੂਆਤ ਕਰਦੇ ਹਾਂ। ਤੁਸੀਂ ਵੀ ਕਾਲ ਜ਼ਰੂਰ ਕਰਨਾ, ਜੋ ਮਰਜ਼ੀ ਤੁਹਾਡਾ ਹੋਏ, ਨਹੀਂ ਸ਼ੌਂਕ ਅਗਰ ਤਾਂ ਵੀ ਜ਼ਿਕਰ ਕਰੋ, ਗੱਲ ਕਰੋ ਕਿ ਮੈਂ ਸੋਚ ਰਹੀ ਹਾਂ ਕਿ ਹੋਣਾ ਚਾਹੀਦਾ, ਮੈਂ ਕਿਸ ਤਰ੍ਹਾਂ ਦੀ ਚੀਜ਼ ਕਰ ਸਕਦੀ ਹਾਂ, ਮੈਂ ਇਹ ਕਰ ਸਕਦੀ ਹਾਂ, ਮੈਨੂੰ ਇਹ ਅੱਛਾ ਲੱਗਦਾ ਪਰ ਮੈਂ ਉਹਨੂੰ ਡਿਵੈਲਪ ਨਹੀਂ ਕੀਤਾ, ਚਲੋ ਮੈਂ ਇਹ ਡਿਵੈਲਪ ਕਰਨ ਵਾਸਤੇ ਕੀ ਕਰ ਸਕਦੀ ਹਾਂ, ਮੇ ਬੀ ਕਲਾਸ ਜੁਆਇਨ ਕਰ ਸਕਦੀ ਹਾਂ। ਸੋ ਇਹ ਸਾਰੇ ਪਹਿਲੂ ਅਸੀਂ ਜ਼ਰੂਰ ਅੱਜ ਦੇ ਸ਼ੋਅ ਦੇ ਵਿੱਚ ਗੱਲ ਕਰਾਂਗੇ। ਲੈਟ ਸੀ ਕੌਣ ਕੀ ਕਹਿ ਰਿਹਾ ਰਾਈਟ ਨਾਓ। ਹੈਲੋ ਹੈਲੋ, ਹਾਂਜੀ ਸੁਦਰਸ਼ਨ ਜੀ, ਮੈਂ ਜਦੋਂ ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ ਤੋਂ ਭਾਈ ਮੇਰੇ ਮਨ ਕਾ ਵੋ ਹੈ ਆਪਣਾ ਕਿਆ ਕਰਦੇ ਟੌਪਿਕ। ਬਿਲਕੁਲ, ਮੈਂ ਐਕਚੁਅਲੀ ਜਦੋਂ ਬੋਲ ਰਹੀ ਸੀ ਨਾ ਮਿਊਜ਼ਿਕ ਦਾ, ਮੈਂ ਜ਼ਿਕਰ ਕੀਤਾ ਤੇ ਮੈਨੂੰ ਤੁਹਾਡਾ ਹੀ ਧਿਆਨ ਆ ਰਿਹਾ ਸੀ। ਹਾਏ ਸੋ ਸਵੀਟ ਆਫ ਯੂ। ਆਈ ਸਵੇਅਰ ਤੋਂ ਇਹੋ ਹੀ ਕੰਮ ਕੀਤਾ ਹੈ ਕਿ YouTube ਤੋਂ ਔਰ ਆਪਣੀ ਡਾਇਰੀ ਤੋਂ, ਪਹਿਲੇ ਇੱਕ ਰਫ ਕਾਪੀ ਹੁੰਦੀ ਹੈ ਮੇਰੀ, ਜੋ ਮੈਂ ਸੁਣਨੀ ਆ ਮੈਂ ਫਟਾਫਟ ਰਫ ਕਾਪੀ 'ਚ ਲਿਖਣੀ ਹੈ, ਫਿਰ ਜਿਸ ਦਿਨ ਮੈਨੂੰ ਟਾਈਮ ਹੁੰਦਾ ਖਾਲੀ ਹੁੰਦੀ ਹੈ ਫਿਰ ਮੈਂ ਉਹਨੂੰ ਆਪਣੀ ਪ੍ਰੋਪਰ ਡਾਇਰੀ 'ਚ ਲਿਖ ਕੇ ਉਹਨਾਂ ਪੰਨਿਆਂ ਨੂੰ ਫਾੜਨੀ ਆ। ਹੁਣ ਪਤਾ ਨਹੀਂ ਕਿੰਨੇ ਹੀ ਪੰਨੇ ਫਟੇ ਪਏ ਆ, ਸੁੱਟਾਂਗੀ ਥੱਲੇ ਜਾ ਕੇ ਸਾਰੇ ਆਪਣੇ ਬਕਾਇਦਾ ਪੋਇਟਰੀ ਵਾਲੀ ਬੁੱਕ 'ਚ, ਪੋਇਟਰੀ ਵਾਲੀ ਕਿਤਾਬ 'ਚ ਪੋਇਟਰੀ ਗਈ ਹੈ, ਗਾਣੇ ਵਾਲੀ ਕਿਤਾਬ 'ਚ ਗਾਣਾ ਗਿਆ, ਕਿਉਂਕਿ ਪਹਿਲੇ ਰਫ ਹੁੰਦੇ ਆ। ਤੇ ਮੈਂ ਤੇ ਖਾਲੀ ਟਾਈਮ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਮੈਨੇ ਸੁਣਾਉਣਾ ਜਿਨ੍ਹਾਂ ਨੂੰ ਉਸ ਚੀਜ਼ ਦਾ ਸ਼ੌਕ ਹੋਵੇ, ਕਿਉਂਕਿ ਹਰ ਕਿਸਮ ਦਾ ਜਿਹੜਾ ਹੈ ਲਿਸਨਰ ਹੈ, ਕੋਈ ਪੰਜਾਬੀ ਸੁਣਨਾ ਪਸੰਦ ਕਰਦਾ, ਕੋਈ ਹਿੰਦੀ ਸੁਣਨਾ ਪਸੰਦ ਕਰਦਾ, ਕੋਈ ਉਰਦੂ ਪੋਇਟਰੀ ਸੁਣਨਾ ਪਸੰਦ ਕਰਦਾ। ਸੋ ਮੇਰੇ ਕੋਲੋਂ ਮੇਰੇ ਆਪਣੇ ਸੂਟਕੇਸ ਵਿੱਚ ਸਾਰੀਆਂ ਚੀਜ਼ਾਂ ਹੁੰਦੀਆਂ। ਵਾਓ, ਅੱਜ ਸਾਨੂੰ ਕੀ ਸੁਣਾ ਰਹੇ ਹੋ ਫਿਰ? ਤੁਸੀਂ ਪੰਜਾਬੀ ਦਾ ਸੁਣੋਗੇ ਤੇ ਪੰਜਾਬੀ ਦਾ ਸੁਣਾ ਦਿੰਨੇ ਆ ਜੋ ਤੁਹਾਡਾ ਦਿਲ ਕਰੇ। ਸਾਡੇ ਕੋਲ ਸਾਰੀ ਵਿਊਅਰਸ਼ਿਪ, ਤੁਹਾਨੂੰ ਪਤਾ ਹੈ ਸਾਡਾ ਪਰਿਵਾਰ ਕਿਸ ਤਰ੍ਹਾਂ ਦਾ ਹੈ, ਤੁਸੀਂ ਜੋ ਮਰਜ਼ੀ ਸੁਣਾਓ। ਚਲੋ ਅੱਜ ਤੁਹਾਨੂੰ ਅਸੀਂ ਸੁਰਿੰਦਰ ਕੌਰ ਦਾ ਸੁਣਾ ਦਿੰਨੇ ਆ, ਖਾਦਾ ਆ। ਕੀ ਬਾਤ ਹੈ, ਜਰੂਰ। I'm so happy. Me too. ਆਇਆ ਸੋਹਣੇ ਸਜਣਾ ਦਾ ਖਤ, ਆਇਆ ਸੋਹਣੇ ਸਜਣਾ ਦਾ, ਕਦੇ ਲਿਖਣੀਆਂ ਕਦੇ ਪੜ੍ਹਨੀਆਂ, ਕਦੇ ਰੱਖਣੀਆਂ ਕਦੇ ਪੜ੍ਹਨੀਆਂ, ਨਾ ਲਿਖੀਆਂ ਤਰੀਕਾਂ ਆਉਣ ਦੀਆਂ, ਨਾ ਲਿਖੀਆਂ ਤਰੀਕਾਂ ਆਉਣ ਦੀਆਂ ਨੀ, ਮੈਂ ਪਲ ਪਲ ਕੋਠੇ ਚੜ੍ਹਨੀਆਂ, ਖਤ ਆਇਆ ਸੋਹਣੇ ਸਜਣਾ ਦਾ, ਹੁਣ ਰੂਪ ਨਾ ਕੱਜਿਆ ਰਹਿੰਦਾ ਨੀ, ਅੰਗ ਅੰਗ ਚੋਂ ਡੁੱਲ ਡੁੱਲ ਪੈਂਦਾ ਨੀ, ਐ ਦਿਲ ਇੱਕ ਥਾਂ ਨਾ ਬਹਿੰਦਾ ਨੀ, ਇਹਨੂੰ ਮੁੜ ਮੁੜ ਭੱਜ ਭੱਜ ਫੜਨੀ ਹਾਂ, ਖਤ ਆਇਆ ਸੋਹਣੇ ਸਜਣਾ ਦਾ, ਕਦੇ ਰੱਖਣੀਆਂ ਕਦੇ ਪੜ੍ਹਨੀਆਂ, ਖਤ ਆਇਆ ਸੋਹਣੇ, ਕੁਝ ਮਨ ਕੇ ਪਰੋ ਕੇ ਗਾਨੀ ਦੇਨੀ ਮੈਂ, ਪਰਖਾਂ ਸਬਰ ਜਵਾਨੀ ਦੇ, ਕੁਝ ਮਨ ਕੇ ਪਰੋ ਕੇ ਗਾਨੀ ਦੇ ਨੀ ਮੈਂ, ਪਰਖਾਂ ਸਬਰ ਜਵਾਨੀ ਦੇ, ਜਦ ਅਥਰੂ ਡਿਗਨ ਦੀਵਾਨੀ ਦੇ, ਨੀ ਮੈਂ ਐਵੇਂ ਖਿਜ ਖਿਜ ਸੜ
ਹਰ ਗੱਲ ਵਿੱਚ ਗੱਲ ਨੂੰ ਲੱਭਣੀਆਂ, ਗੱਲ ਦਿਲ ਦੀ ਦਿਲ ਵਿੱਚ ਰੱਖਣੀਆਂ, ਨੀ ਮੈਂ ਭੈੜੀ ਚਾਕਰ ਸਭ ਦੀਆਂ, ਨਾ ਬੁਝਣੀਆਂ ਨਾ ਸੜਨੀਆਂ, ਖਤ ਆਇਆ ਸੋਹਣੇ ਸਜਣਾ ਦਾ, ਕਦੇ ਰੱਖਣੀਆਂ ਕਦੇ ਪੜ੍ਹਨੀਆਂ, ਨਾ ਲਿਖੀਆਂ ਤਰੀਕਾਂ ਆਉਣ ਦੀਆਂ, ਨੀ ਮੈਂ ਪਲ ਪਲ ਕੋਠੇ ਚੜ੍ਹਨੀਆਂ। ਕਿਆ ਬਾਤ ਹੈ, ਥੈਂਕ ਯੂ, ਥੈਂਕ ਯੂ ਸੋ ਮਚ ਸੁਦਰਸ਼ਨ ਜੀ, ਰੀਅਲੀ ਐਪਰੀਸ਼ੀਏਟ। ਤੁਹਾਡੀ ਆਵਾਜ਼ ਇੰਨੀ ਸੋਹਣੀ ਹੈ, ਔਰ ਸੁਣਦੇ ਸੀ ਕਿ ਬਈ ਵਿਦ ਏਜ ਥੋੜ੍ਹੀ ਕਮਦੀ ਆਵਾਜ਼, ਤੁਹਾਡੀ ਤਾਂ ਬਿਊਟੀਫੁਲ, ਵੈਰੀ ਬਿਊਟੀਫੁਲ। ਐਂਡ ਫਿਰ ਜ਼ਰੂਰ ਮੈਂ ਇੱਕ ਬ੍ਰੇਕ ਲੈਂਦੀ ਹਾਂ, ਲੈਟ ਮੀ ਟੇਕ ਅ ਬ੍ਰੇਕ। ਪਰ ਸੁਰਿੰਦਰ ਜੀ, ਸੁਦਰਸ਼ਨ ਜੀ, ਤੁਸੀਂ ਔਨ ਏਅਰ ਹੀ ਰਹੋ, ਤੁਸੀਂ ਮੇਰੇ ਨਾਲ ਜੁੜੇ ਰਹੋ, ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ। ਥੈਂਕ ਯੂ, ਥੈਂਕ ਯੂ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਅੱਜ ਸ਼ੌਂਕ, ਹੋਬੀਜ਼ ਦੀ, ਕਿਉਂ ਜ਼ਰੂਰੀ ਹੈ, ਕਿਉਂ ਕੋਈ ਨਾ ਕੋਈ ਜ਼ਰੂਰ ਹੋਣੀ ਚਾਹੀਦੀ ਹੈ, ਔਰ ਕਿਸ ਤਰ੍ਹਾਂ ਦਾ ਆਨੰਦ ਇਹ ਇੱਕ ਸੋਰਸ ਹੋ ਸਕਦਾ ਹੈ, ਕਿ ਇਹ ਮਿਲ ਸਕਦਾ ਹੈ। ਸੋ ਸੁਦਰਸ਼ਨ ਜੀ ਸਾਡੇ ਨਾਲ ਮੌਜੂਦ ਨੇ, ਅਤੇ ਦੱਸੋ ਸੁਦਰਸ਼ਨ ਜੀ, ਤੁਹਾਨੂੰ ਕਿਉਂ ਲੱਗਦਾ ਹੈ ਕਿ ਜ਼ਰੂਰੀ ਹੈ ਕਿ ਕੋਈ ਨਾ ਕੋਈ ਸ਼ੌਂਕ ਹੋਣਾ ਚਾਹੀਦਾ? ਮੈਨੂੰ ਅਰਵਿੰਦ ਇਸ ਕਰਕੇ ਲੱਗਦਾ ਕਿ ਜ਼ਿੰਦਗੀ ਜਿਹੜੀ ਹੈ, ਜ਼ਿੰਦਗੀ ਦੇ ਜਿਹੜੇ ਚਾਰ ਪੜਾਵ ਹੈ, ਇਹ ਆਖਰੀ ਪੜਾਵ ਜਿਹੜਾ ਹੈ ਆਪਣੇ ਆਪ ਵਾਸਤੇ ਰੱਖਣਾ ਚਾਹੀਦਾ, ਕਿਉਂਕਿ ਬਚਪਨ ਤੁਹਾਡਾ ਬੀਤ ਗਿਆ, ਜਵਾਨੀ ਤੁਸੀਂ ਆਪਣੇ ਕੰਮਾਂ ਕਾਰਾਂ 'ਚ ਬਿਤਾਈ, ਬੱਚਿਆਂ ਨੂੰ ਪਾਲਣ 'ਚ ਬਿਤਾਈ, ਸਾਰਾ ਟਾਈਮ ਤੁਸੀਂ ਬਿਜ਼ੀ ਰਹੇ, ਤੁਹਾਨੂੰ ਉਸ ਵਕਤ ਫੁਰਸਤ ਨਹੀਂ ਮਿਲੀ। ਲੇਕਿਨ ਇਹ ਹੁਣ ਜਿਹੜੀ ਜ਼ਿੰਦਗੀ ਹੈ, ਇਹ ਤੁਹਾਡੀ ਹੈ, ਇਹਨੂੰ ਤੁਸੀਂ ਆਪਣੇ ਵਾਸਤੇ ਹੀ ਰੱਖੋ, ਕਿਉਂਕਿ ਤੁਹਾਡੇ ਜਿਹੜੇ ਬੱਚਿਆਂ ਦੇ ਬੱਚੇ ਨੇ, ਉਹ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ। ਇਹ ਹਮੇਸ਼ਾ ਸਮਝ ਲਓ, ਅਗਰ ਸਮਝੋਗੇ ਤੁਸੀਂ ਆਪਣੀ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਬੜੇ ਦੁਖੀ ਰਹੋਗੇ, ਤੁਹਾਨੂੰ ਹਰ ਵਕਤ ਧਿਆਨ ਰਹੇਗਾ ਉਹਨਾਂ ਦਾ, ਉਹਨੇ ਇਹ ਨਹੀਂ ਕੀਤਾ, ਉਹਨੇ ਇਹ ਨਹੀਂ ਕੀਤਾ, ਤੁਹਾਡੀ ਜ਼ਿੰਮੇਵਾਰੀਆਂ ਖਤਮ ਹੋ ਗਈਆਂ ਨੇ। ਜਿਤਨਾ ਤੁਸੀਂ ਉਸ ਤੋਂ ਦੂਰੀ ਬਣਾਈ ਰੱਖੋਗੇ, ਚਾਹੇ ਮੈਨੂੰ ਤੁਸੀਂ ਨਿਰਮੋਹੀ ਕਹਿ ਲਓ ਉਸ ਵਾਸਤੇ, ਆਈ ਡੋਂਟ ਮਾਈਂਡ। ਨਵੀਂ ਵੀ ਕਰ ਸਕਦੇ ਆ, ਨਵੀਂ ਵੀ ਕਰ ਸਕਦੇ ਆ। ਹੁਣ ਜਿਸ ਤਰ੍ਹਾਂ ਗਰੁੱਪ ਹੈ, ਹੁਣੇ ਮੇਰੀ ਡਾਟਰ ਆਈ ਹੈ, ਰੀਨਾ ਉੱਪਰ ਆਈ ਹੈ, ਮੈਨੂੰ ਕਹਿਣ ਲੱਗੀ, ਕਹਿੰਦੀ ਮਾਮ ਉਹ ਗਰੁੱਪ ਇੱਕ ਜਾ ਰਿਹਾ ਰਾਜਧਾਨੀ ਮੰਦਿਰ ਦਾ ਨੇਪਾਲ ਵਾਸਤੇ, ਤੇ ਤੁਸੀਂ ਹਾਂ ਨਾ ਕਰ ਦੇਣਾ। ਡਰ ਗਈ ਕਿ ਕਿਤੇ ਮੰਮੀ ਹਾਂ ਨਾ ਕਰ ਦੇਣ ਕਿ ਲੰਬਾ ਟੂਰ ਹੈ ਨੇਪਾਲ ਦਾ, ਤੇ ਉਹਨਾਂ ਨੇ ਮੰਦਿਰ ਵਗੈਰਾ ਦਿਖਾਣੇ ਆ, ਕੁਛ ਕਰਨੇ ਆ। ਮਤਲਬ ਹੋਬੀ ਐਸਾ ਹੁੰਦਾ ਕਿ ਤੁਸੀਂ ਕੋਈ ਗਰੁੱਪ ਜੁਆਇਨ ਕਰ ਲਓ, ਜਿਨ੍ਹਾਂ ਦੇ ਨਾਲ ਤੁਹਾਨੂੰ ਥੋੜਾ ਜਿੰਨਾ ਜੁੜੇ ਰਹੋ ਉਹਨਾਂ ਨਾਲ, ਉਹ ਕੀ ਕੀ ਕਰਦੇ ਆ, ਸੋ ਤੁਹਾਡਾ ਬਾਕੀ ਚੀਜ਼ਾਂ ਵੱਲ ਖਿਆਲ ਨਹੀਂ ਜਾਂਦਾ। ਤੁਹਾਡੀ ਘਰ ਗ੍ਰਸਤੀ ਤੋਂ ਕਿਸੇ ਵਾਸਤੇ ਤੇ ਛੁੱਟੋ, ਕਦੀ ਤੇ ਖਤਮ ਕਰੋ ਉਹਨੂੰ, ਆਪਣੇ ਵਾਸਤੇ ਜੀਓ। ਆਪਣੇ ਵਾਸਤੇ ਜੀਣਾ ਬੜਾ ਜ਼ਰੂਰੀ ਹੈ, ਚਾਹੇ ਉਹਨੂੰ ਤੁਸੀਂ ਇਹ ਕਹਿ ਲਓ ਕਿ ਸੈਲਫ ਆਪਣੇ ਵਿੱਚ ਰਹਿੰਦੇ ਹੋ ਜਾਂ ਜੋ ਵੀ ਕੁਛ ਹੈ, ਪਰ ਮੈਂ ਸਮਝਦੀ ਹਾਂ ਕਿ ਕੋਈ ਨਾ ਕੋਈ ਹੋਬੀ ਜ਼ਰੂਰ ਹੋਣੀ ਚਾਹੀਦੀ ਹੈ, ਕੋਈ ਵੀ ਹੋਵੇ। ਹੁਣ ਮੈਨੂੰ, ਮੇਰਾ ਜਨੂੰਨ ਹੈ ਕਿ ਮੈਂ ਸ਼ਾਇਰੀ ਦੇਖਣੀ ਹੈ, ਮੈਨੂੰ ਲਿਖਣੀ ਹੈ, ਪੋਇਮ ਦੇਖਣੀ ਹੈ, ਅੱਛੀਆਂ ਚੀਜ਼ਾਂ ਲਿਖਣੀ ਹੈ, ਮੈਂ ਪੜ੍ਹਨੀ, ਮੇਰਾ ਟਾਈਮ ਬੜਾ ਸੋਹਣਾ ਬੀਤ ਜਾਂਦਾ। ਮੈਨੂੰ ਨਹੀਂ ਪਤਾ ਚੱਲਦਾ ਅਰਵਿੰਦ ਜੀ ਕਿ ਥੱਲੇ ਮੇਰੀ ਬੇਟੀ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ, ਆਈ ਡੋਂਟ ਕੇਅਰ, ਨਾ ਮੈਂ ਸੁਣਨਾ ਨਾ ਮੈਨੂੰ ਆਪਣੇ ਦਿਮਾਗ 'ਚ ਕੁਛ ਚੀਜ਼ਾਂ ਲਿਆਉਣੀਆਂ ਨੇ, ਬਸ। ਬਹੁਤ ਵਧੀਆ, ਥੈਂਕ ਯੂ ਸੋ ਮਚ ਸੁਦਰਸ਼ਨ ਜੀ। ਸੋ ਬੜੀ ਅੱਛੀ ਤਰ੍ਹਾਂ, ਔਰ ਇਹਨਾਂ ਨੂੰ ਵੀ ਹੋਰ ਵੀ ਕੋਈ ਪੋਇਮ ਸੁਣਾਉਣੀ ਹੋਏ ਦੁਬਾਰਾ ਕਾਲ ਕਰ ਸਕਦੇ ਨੇ, ਪਰ ਉਹੀ ਕਿਸ ਯੂ ਨੋ ਉਹੀ ਸਾਡਾ ਇਹ ਵੀ ਸਵਾਲ ਹੈ ਕਿ ਬਚਪਨ ਤੋਂ ਜਾਂ ਜਵਾਨੀ ਤੋਂ ਪਹਿਲੇ ਯੰਗਰ ਏਜ ਤੋਂ ਤੁਹਾਨੂੰ ਇੱਕ ਕ੍ਰੀਏਟ ਕਰਨੀ ਚਾਹੀਦੀ ਹੈ, ਤਾਂ ਕਿ ਉਹ ਐਸੇ ਟਾਈਮ, ਜਿਸ ਤਰ੍ਹਾਂ ਸੁਦਰਸ਼ਨ ਜੀ ਕਹਿਣਗੇ, ਉਸ ਵੇਲੇ ਤੁਹਾਡਾ ਆਪਣਾ ਟਾਈਮ ਹੋਏ, ਉਸ ਵੇਲੇ ਉਹ ਕੰਮ ਆਏ, ਔਰ ਈਵਨ ਪਹਿਲੇ ਵੀ ਤੁਸੀਂ ਸਾਰਾ ਦਿਨ ਕੰਮ ਬਾਰੇ ਸੋਚ ਰਹੇ ਹੋ, ਸਾਰਾ ਦਿਨ ਉਹ ਚੀਜ਼ਾਂ ਕਰ ਰਹੇ ਹੋ ਜਿਹੜੀਆਂ ਤੁਹਾਨੂੰ ਕਰਨੀਆਂ ਹੀ ਪੈਣੀਆਂ, ਪਰ ਉਹਦੇ ਵਿੱਚ ਕੁਛ ਘੜੀਆਂ ਆਪਣੇ ਵਾਸਤੇ, ਉਹ ਕਿੰਨਾ ਸਕੂਨ ਦੇ ਸਕਦੀਆਂ, ਸਟ੍ਰੈਸ ਰਿਲੀਵਰ ਹੋ ਸਕਦੀਆਂ। ਕਿਉਂਕਿ ਇੱਕ ਇਗਜ਼ਾਮਪਲ ਹੈ, ਜਿਵੇਂ ਤੁਸੀਂ ਥੱਕੇ ਆਏ ਘਰੋਂ ਆਫਿਸ ਤੋਂ, ਕੁਛ ਗੜਬੜ ਹੋ ਗਈ ਉੱਥੇ, ਕੋਈ ਬੌਸ ਤੋਂ ਡਾਂਟ ਪੈ ਗਈ, ਕੁਛ ਗਲਤੀ ਹੋ ਗਈ, ਕੁਛ ਹੋਇਆ, ਵਾਪਸ ਆ ਕੇ ਤੁਸੀਂ ਟੀ ਵੀ ਲਗਾ ਲੈਂਦੇ ਹੋ, ਔਰ ਇੱਕ ਨਮ ਜੇ ਹੋ ਕੇ ਤੁਸੀਂ ਉਹਦੇ ਅੱਗੇ ਬੈਠ ਜਾਂਦੇ ਹੋ, ਮਾਇੰਡ ਦੁਖੀ ਹੋਇਆ ਹੋਇਆ, ਹੋ ਸਕਦਾ ਤੁਸੀਂ ਉਹ ਬੈਠੇ ਹੋਏ ਵੀ ਦੇਖ ਨਾ ਰਹੇ ਹੋਵੋ, ਕਿਉਂਕਿ ਤੁਹਾਡਾ ਮਨ ਦੇ ਵਿੱਚ ਉਹੀ ਚਲੀ ਜਾ ਰਿਹਾ ਕਿ ਇੰਝ ਕਿਵੇਂ ਹੋਇਆ, ਕਿਉਂ ਹੋਇਆ, ਕੋਈ ਵੀ ਤੁਹਾਡੀ ਜਿਹੜੀ ਪਰੇਸ਼ਾਨੀ ਹੈ ਉਹ ਤੁਹਾਡਾ ਮਨ ਚੱਲਦਾ ਰਹਿੰਦਾ, ਟੀ ਵੀ ਦੇਖ ਰਹੇ ਹੋ, ਕੁਛ ਹੋਰ ਕੰਮ ਕਰ ਰਹੇ ਹੋ, ਪਰ ਜਦੋਂ ਤੁਹਾਡਾ ਸ਼ੌਂਕ ਕੋਈ ਐਸੀ ਚੀਜ਼ ਜਿਹੜੀ ਤੁਹਾਨੂੰ ਪੂਰੀ ਤਰ੍ਹਾਂ ਆਪਣੇ ਆਪ 'ਚ ਪਾ ਲਏ, ਇਨਵੋਲਵ ਕਰ ਲਏ,
ਉਹ ਅਸਲੀ ਮੈਡੀਟੇਸ਼ਨ ਵਾਂਗ ਕਨੈਕਟ ਕਰਦੀ ਹੈ ਕਿ ਉਹ ਤੁਹਾਨੂੰ ਆਪਣਾ ਜਿਹੜਾ ਵੀ ਮਾਈਂਡ ਦਾ ਚੈਟਰ ਹੈ ਉਹ ਚੱਲਦਾ ਜਾ ਰਿਹਾ ਉਸ ਤੋਂ ਪਰੇ ਕਰ ਦੇਗੀ। ਸੋ ਇਸ ਵਾਸਤੇ ਮੈਨੂੰ ਲੱਗਦਾ ਕਿ ਕੋਈ ਹੌਬੀ ਜ਼ਰੂਰ ਜ਼ਰੂਰ ਹੋਣੀ ਚਾਹੀਦੀ ਹੈ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ ਆਂਟੀ ਜੀ, ਕੀ ਕਹਿੰਦੇ ਹੋ? ਸ਼ੌਕ ਪੂਰੇ ਕਰੀਏ। ਹਾਂਜੀ, ਸ਼ੌਕ ਤਾਂ ਬੜੇ ਹੁੰਦੇ ਜ਼ਿੰਦਗੀ, ਸਾਰੇ ਜਿਹੜੀਆਂ ਲੇਡੀਜ਼ ਘਰ ਨੇ ਉਹਦੇ ਸਾਰੇ ਸ਼ੌਕ ਪੂਰੇ ਕਰੋ। ਜਿਹੜੇ ਕੰਮਾਂ 'ਤੇ ਅਸੀਂ ਆਉਂਦੇ ਹੋ, ਜਿਹੜੇ ਹੋਰ ਜਾਂਦੇ ਉਹਨਾਂ ਨੂੰ ਤਾਂ ਬੜੀ ਉਹ ਹੁੰਦੀ, ਐਮਰਜੈਂਸੀ ਛੇਤੀ ਕਰੋ। ਅਸੀਂ ਘਰ ਹਾਂ, ਰੈਸਪੀ ਬਣਾਵਾਂਗੇ, ਘਰ ਦੀ ਕੁਕਿੰਗ ਕਰਾਂਗੇ ਬੜੀ ਆਰਾਮ ਨਾਲ। ਦੋ ਤਿੰਨ ਬਣਾ ਲਈਆਂ, ਦਹੀਂ ਬਣਾ ਲਿਆ, ਸਲਾਦ ਕੱਟਿਆ, ਇੱਕ ਸਬਜ਼ੀ ਗਿੱਲੀ, ਇੱਕ ਸੁੱਕੀ। ਸੋ ਤੁਹਾਨੂੰ ਕੁਕਿੰਗ ਦਾ ਸ਼ੌਂਕ ਹੈ? ਟੋਕਟਰ ਤੇ ਰੱਖ ਦਿੱਤੀ, ਉਹ ਵੀ ਮੈਨੂੰ ਬੜਾ ਸ਼ੌਂਕ ਹੈ, ਮੈਂ ਆ ਵੀ ਬਣਾਵਾਂ, ਆ ਵੀ ਮਿੱਠੇ ਫਿੱਕੇ। ਇੱਕ ਮੈਨੂੰ ਜੱਸ ਪੰਜਾਬੀ ਵੇਖਣ ਦਾ ਬੜਾ ਸ਼ੌਂਕ ਹੈ, ਅਰਵਿੰਦ ਦੇ ਵਿਸ਼ੇ ਸੁਣ ਕੇ ਗੱਲ ਕਰਨ ਦਾ ਬੜਾ ਸ਼ੌਂਕ ਹੈ। ਹਾਂਜੀ ਹਾਂਜੀ, ਨੁਕਸੇ ਦੱਸਣ ਦਾ ਬੜਾ ਸ਼ੌਂਕ ਹੈ। ਗੁਰਦੁਆਰਾ ਸਾਹਿਬ ਸੰਡੇ ਮੈਨੂੰ ਬੜਾ ਸ਼ੌਂਕ, ਮੈਂ ਪਹੁੰਚਾ ਉੱਥੇ, ਫਰੈਂਡਾਂ ਨੂੰ ਮਿਲਾਂਗੀ, ਗੁਰੂ ਘਰ ਦਰਸ਼ਨ ਕਰਾਂਗੀ, ਸੰਗਤ ਦੇ ਕਰਾਂਗੀ। ਮੇਰੇ ਸ਼ੌਂਕ ਬੜੇ ਨੇ, ਮੈਂ ਘਰ ਰਹਿ ਕੇ, ਜਿਹੜਾ ਬੰਦਾ ਘਰ ਰਹਿੰਦਾ ਹੈ ਨਾ ਉਹਨੂੰ ਸਾਰੇ ਸ਼ੌਂਕ ਪੂਰੇ ਕਰ ਸਕਦਾ, ਜੋਬ ਵਾਲੇ ਉਹਨੇ ਨਹੀਂ ਕਰ ਸਕਦੇ, ਉਹ ਤਾਂ ਬਿਜ਼ੀ ਹੁੰਦੇ ਨੇ। ਪਰ ਤੁਹਾਨੂੰ ਕੀ ਲੱਗਦਾ? ਰਿਵਾਜ਼ ਹੈ, ਤੇਰੇ ਅੰਕਲ ਜੀ, ਸਾਡਾ ਕਾਕਾ ਇੱਕ ਸਬਜ਼ੀ ਨਾਲ ਰੋਟੀ ਨਹੀਂ ਖਾਂਦੇ, ਤੇ ਉਹ ਮੈਨੂੰ ਸਾਰਾ ਕੁਝ ਬਣਾਉਣਾ ਪਿਆ, ਦਹੀਂ ਬਣਾ ਲਿਆ, ਸੁੱਕੀ ਸਬਜ਼ੀ ਬਣਾ ਲਈ, ਕੋਈ ਤਰੀ ਵਾਲੀ ਬਣਾ ਲਈ, ਖਰਬੂਜਾ ਕੱਟੋ, ਅੰਬ ਕੱਟੋ, ਸਲਾਦ ਕੱਟੋ, ਕਾਊਂਟਰ ਤੇ ਮੈਂ ਲਾ ਦੇਣੀ ਆ, ਮੈਂ ਲਾ, ਤੁਹਾਡਾ ਸ਼ੌਂਕ ਪੂਰਾ ਕਰਦਾ, ਖਾਓ ਤੁਸੀਂ ਮੌਜ ਕਰੋ, ਮੈਂ ਸ਼ਾਮ ਨੂੰ ਫਿਰ ਵੇਖਾਂਗੇ। ਬਹੁਤ ਵਧੀਆ, ਬਹੁਤ ਵਧੀਆ। ਥੈਂਕਿ ਲੇਡੀ ਘਰ ਆ, ਮਿੱਠੇ ਫਿੱਕੇ, ਪਿੰਨੀਆਂ ਚਿੰਨੀਆਂ ਪਨੀਰੀਆਂ ਮੈਂ ਸਭ ਕੁਝ ਬਣਾਈ ਰੱਖਣੀ ਆ, ਰਸਗੁੱਲਾ ਬਣਾਇਆ, ਬਰਫੀ ਬਣਾਈ ਕੱਲ, ਉਹ ਉੱਠੇ ਮਾੜੀ ਜੀ ਮੂੰਹ ਚ ਪਾ ਲਈ ਚਾਹ ਨਾਲ, ਕਿੰਨਾ ਵੱਡਾ ਸ਼ੌਂਕ ਹੈ। ਜੀ ਜੀ ਜੀ, ਬਹੁਤ ਵਧੀਆ। ਸੋ ਤੁਹਾਨੂੰ ਕੁਕਿੰਗ ਦਾ ਸ਼ੌਂਕ ਹੈ, ਤੁਹਾਨੂੰ ਅੱਛਾ ਲੱਗਦਾ ਕਿ ਕੁਕਿੰਗ ਬਣਾਣੀ? ਬਹੁਤ ਤਰ੍ਹਾਂ ਦੀ ਬਣਾਣੀ, ਜਿਹੜੀ ਮਰਜ਼ੀ ਲੈ ਲਓ, ਮੈਂ ਮਠਿਆਈ ਕਦੀ ਬਾਜ਼ਾਰੋਂ ਨਹੀਂ ਲਿਆਂਦੀ, ਮੈਂ ਸਾਰੀਆਂ ਮਠਿਆਈਆਂ, ਮੈਂ ਜਲੇਬੀਆਂ ਵੀ ਦੇਸੀ ਘਿਓ ਘਰੇ ਬਣਾਈਆਂ। ਅੱਛਾ, ਵੈਰੀ ਨਾਈਸ, ਬਹੁਤ ਪਿਆਰੀਆਂ, ਬੜੀਆਂ ਸਵਾਦ ਬਣੀਆਂ। ਬਹੁਤ ਵਧੀਆ, ਬਹੁਤ ਵਧੀਆ ਆਂਟੀ ਜੀ, ਬੜਾ ਅੱਛਾ ਸ਼ੌਂਕ ਹੈ ਜਿਹੜਾ ਸਾਰੇ ਬਾਕੀ ਤੁਹਾਡੇ ਨੇੜੇ ਤੇੜੇ ਉਹਨਾਂ ਦਾ ਵੀ ਬੜਾ ਫਾਇਦਾ ਹੈ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਹੈ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਬੋਲ ਰਹੇ ਹੋ? ਹਾਂਜੀ, ਮੈਂ ਤੁਸੀਂ ਸ਼ੌਂਕ ਦੀ ਗੱਲ ਕੀਤੀ ਆ। ਹਾਂਜੀ, ਸ਼ੌਂਕ ਤੇ ਹਰ ਇੱਕ ਇਨਸਾਨ ਨੂੰ, ਮੇਰਾ ਸ਼ੌਂਕ ਇਹ ਆ ਕਿ ਮੈਂ ਬੈਠਾ ਸੋਫੇ ਤੇ ਬੈਠਾ, ਤੁਹਾਡਾ ਮੈਂ ਸ਼ੋਅ ਵੇਖਾਂ, ਇਹ ਸਭ ਤੋਂ ਜ਼ਿਆਦਾ ਵੱਡਾ ਸ਼ੌਂਕ ਹੈ। ਠੀਕ ਹੈ। ਦੂਜਾ ਸ਼ੌਂਕ ਇਹ ਆ, ਮੈਂ ਦੂਸਰਾ ਕੁਕਿੰਗ ਕਰਾਂ, ਮੇਰੇ ਘਰ ਕੋਈ ਗੈਸਟ ਗੁਸਟ ਆਈ ਜਾਣ, ਮੈਂ ਬਣਾ ਕੇ ਖਵਾਵਾਂ ਤੇ ਉਹ ਖਾਣ। ਅੱਛਾ, ਤੇ ਬਾਕੀ ਆਪਣੇ ਗ੍ਰਾਮ ਚੱਲ ਜਾਣ ਤੇ ਮੈਂ ਖੇਡਾਂ। ਬਹੁਤ ਵਧੀਆ, ਬਹੁਤ ਵਧੀਆ। ਮੈਂ ਬਾਹਰ ਜਾ ਕੇ ਖੁਸ਼ ਨਹੀਂ ਹੁੰਦੀ, ਜਿੰਨਾ ਬੱਚਿਆਂ ਨਾਲ ਖੇਡ ਕੇ ਮੈਂ ਖੁਸ਼ ਹੁੰਦੀ। ਅੱਛਾ, ਕੀ 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 ਕਰਦੇ ਹੋ ਬੱਚਿਆਂ ਨਾਲ, ਕੀ ਅੱਛਾ ਲੱਗਦਾ ਹੈ? ਬੱਚਿਆਂ ਨਾਲ, ਹੁਣ ਤਾਂ ਬੱਚੇ ਸਾਰੇ ਕਾਲਜ ਏਟ ਹੋ ਗਏ, ਸਾਰੇ ਪੜ੍ਹ ਪੁੜ ਗਏ। ਅੱਛਾ, ਪਹਿਲਾਂ ਬੱਚਿਆਂ ਨੂੰ ਮੈਂ ਆਪਣੇ ਜਿਹੜੇ ਮੇਰੇ ਬੱਚੇ ਸੀ ਉਹਨਾਂ ਦੇ ਬੱਚਿਆਂ ਦੀ ਮੈਂ ਟੇਕ ਕੇਅਰ ਕਰਦੀ ਸਾਂ। ਅੱਛਾ, ਤੇ ਬਹੁਤ ਮਜ਼ਾ ਆਉਂਦਾ ਸੀ, ਇੰਨੀ ਮੈਂ ਕੋਈ ਸਾਹ ਕਦੀ ਬਿਮਾਰ ਨਹੀਂ ਸੀ ਹੋਈ। ਹਾਂ, ਪਰ ਜਦੋਂ ਬੱਚੇ ਚਲੇ ਗਏ, ਆਪਾਂ ਆਪਣੀ ਤਾਂ ਹੀ ਕਾਲਜਾਂ ਚਲੇ ਗਿਆ, ਉਦੋਂ ਫਿਰ ਬਿਮਾਰ ਹੋਣੀ ਸ਼ੁਰੂ ਹੋ ਗਈ। ਮੈਂ ਠੀਕ ਹਾਂ ਵੈਸੇ। ਹਾਂਜੀ, ਪਰ ਮੈਂ ਖੁਸ਼ ਹਾਂ। ਬਹੁਤ ਵਧੀਆ, ਤੁਸੀਂ ਬੜੀ ਸਹੀ ਗੱਲ ਸਾਨੂੰ ਧਿਆਨ ਦਵਾ ਰਹੇ ਹੋ ਕਿ ਜਦੋਂ ਅਸੀਂ ਬਹੁਤ ਇਹ ਸਾਰਿਆਂ ਨੇ ਕਰਨਾ, ਬੱਚਿਆਂ ਨੂੰ ਪਾਲਣਾ, ਉਹਨਾਂ ਨੂੰ ਖਵਾਉਣਾ ਪਿਲਾਉਣਾ, ਪਰ ਜਦੋਂ ਬੱਚੇ ਵੱਡੇ ਹੋ ਗਏ ਤੁਹਾਡੀ ਉਂਝ ਲੱਗਦਾ ਜ਼ਰੂਰਤ ਖਤਮ ਹੋ ਗਈ। ਖਤਮ ਕਦੀ ਨਹੀਂ ਹੁੰਦੀ, ਪਰ ਅੱਜ ਫੀਲ ਹੁੰਦਾ ਕਿ ਉਨੀ ਜ਼ਰੂਰਤ ਨਹੀਂ ਰਹੀ, ਉਨੀ ਜ਼ਰੂਰਤ ਨਹੀਂ ਹੋ ਗਈਆਂ। ਜੇ ਤੁਸੀਂ ਮੇਰੇ ਕੋਲ ਆ ਜਾਓ ਤੇ ਮੇਰੇ ਬੱਚੇ ਤੁਹਾਡੇ ਨਾਲ ਕਿੰਨਾ ਖੁਸ਼ ਹੁੰਦੇ ਆ, ਆਈਪੈਡ ਦੇ ਉੱਤੇ ਵੇਖਦੇ ਆ ਤੇ ਗ੍ਰਾਮਾ ਬੀਜੀ ਬੀਜੀ ਕਰਦੇ ਰਹਿੰਦੇ ਆ। ਵਾਓ, ਮੈਂ ਸੌਰੀ ਕਿ ਮੈਂ ਉਹਦੇ ਕੋਲ ਜਾ ਨਹੀਂ ਸਕਦੀ, ਹੈ ਬਹੁਤ ਦੂਰ ਆ। ਚਲੋ, ਬਹੁਤ ਵਧੀਆ, ਥੈਂਕ ਯੂ ਤੁਸੀਂ ਕਾਲ ਕੀਤਾ। ਸੋ ਇਹ ਕੁਝ ਗੱਲਾਂ ਹੈ ਜਿਹੜੀਆਂ ਇਹ ਸ਼ੇਅਰ ਕਰ ਰਹੇ ਨੇ ਕਿ ਕਿਉਂ ਜ਼ਰੂਰੀ ਹੈ, ਸਾਨੂੰ ਕਿਉਂ ਜ਼ਰੂਰੀ ਹੈ ਕਿ ਅਸੀਂ ਕੋਈ ਨਾ ਕੋਈ ਐਸਾ ਸ਼ੌਂਕ, ਕਿਉਂਕਿ ਹੁਣ ਉਹ ਇਕੱਲੇ ਇਕੱਲੇ ਮਹਿਸੂਸ ਕਰਦੇ ਹੈ, ਪੋਤਰੀ ਕੋਲ ਜਾਣਨਾ ਦੂਰ ਲੱਗਦਾ ਹੈ, ਔਰ ਯੂ ਨੋ ਬੱਚੇ ਚਲੇ ਗਏ ਨੇ ਅਤੇ ਕਹਿੰਦੇ ਨੇ ਕਿ ਪਹਿਲੇ ਮੈਂ ਬਿਲਕੁਲ ਬਿਮਾਰ ਨਹੀਂ ਹੁੰਦੀ ਸੀ, ਹੁਣ ਬੱਚੇ ਆਪਣੇ ਆਪਣੀ ਜਗ੍ਹਾ ਹੋ ਗਏ ਨੇ, ਇੰਝ ਲੱਗਦਾ ਜ਼ਰੂਰਤ ਘੱਟ ਗਈ ਹੈ ਸਾਡੀ। ਇਹ ਇੱਕ ਬੜਾ ਵੱਡਾ ਰੀਜ਼ਨ ਹੈ ਕਿ ਕਿਉਂ ਸਾਨੂੰ ਪਹਿਲੇ ਹੀ ਕੋਈ ਨਾ ਕੋਈ ਹੋਬੀਜ਼, ਕੋਈ ਸ਼ੌਂਕ ਐਸੇ ਡਿਵੈਲਪ ਕਰਨੇ ਪੈਣਗੇ, ਪਾਲਣੇ ਪੈਣਗੇ। ਕਹਿੰਦੇ ਨੇ ਕਿ ਮਤਲਬ ਜ਼ਰੂਰ ਉਹਦੇ ਵੱਲ ਥੋੜ੍ਹਾ ਟਾਈਮ ਦੇਈਏ, ਥੋੜ੍ਹਾ ਧਿਆਨ ਦੇਈਏ, ਭਾਵੇਂ ਕੁਕਿੰਗ ਹੈ, ਭਾਵੇਂ ਸਿੰਪਲਸਟ ਕੋਈ ਚੀਜ਼ ਹੈ, ਯੂ ਨੋ ਨਿਟਿੰਗ ਹੈ, ਕੁਕਿੰਗ ਹੈ, ਰੀਡਿੰਗ, ਬੜੀ ਦੇਰ ਤੱਕ ਅਗਰ ਨਹੀਂ ਕਰੋ, ਜਿਵੇਂ ਬਚਪਨ ਤੋਂ ਜ਼ਿਆਦਾ ਦੇਰ ਤੱਕ ਨਹੀਂ ਕਰੋ, ਰੀਡਿੰਗ ਇੱਕ ਨਵੀਂ ਆਦਤ ਨਹੀਂ ਬਣਦੀ, ਮੈਨੂੰ ਲੱਗਦਾ, ਜੋ ਮੈਂ ਨੇੜੇ ਤੇੜੇ ਦੇਖਦੀ ਹਾਂ। ਸੋ ਰੀਡਿੰਗ ਅਗਰ ਸ਼ੁਰੂ 'ਚ ਥੋੜ੍ਹੀ ਥੋੜ੍ਹੀ ਕਰਦੇ ਰਹੋ, ਸੋ ਇਹ ਬੜੇ ਅੱਛੇ ਟਾਈਮ ਹੈ ਜਦੋਂ ਤੁਸੀਂ ਇਕੱਲੇ ਹੋ ਅਤੇ ਤੁਹਾਨੂੰ ਬੜਾ ਅੱਛੀ ਤਰ੍ਹਾਂ ਉਹ ਆਕਿਪਾਈ ਰੱਖਦੇ ਨੇ। ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ, ਯੂ ਡੂ ਨਾਟ ਗੋ ਐਨੀਵੇਅਰ, ਪਲੀਜ਼ ਕਾਲ ਜ਼ਰੂਰ ਕਰੋ।
ਸਾਰਿਆਂ ਦਾ ਫਿਰ ਸਵਾਗਤ ਹੈ। ਆਈ ਨੋ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਕੀ ਸ਼ੌਂਕ ਹੈ ਜਿਹੜੇ ਸ਼ੇਅਰ ਕਰਦੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹਰਮਿੰਦਰ ਜੀ, ਦੱਸੋ। ਮੈਂ ਕਹਿ ਰਹੀ ਹਾਂ, ਹੌਬੀ ਕੀ ਹੁੰਦੀ ਹੈ? ਜੋ ਮਨ ਨੂੰ ਖੁਸ਼ੀ ਦੇਵੇ। ਬਿਲਕੁਲ ਠੀਕ ਹੈ, ਜੋ ਮਨ ਨੂੰ ਖੁਸ਼ੀ ਦੇਗੀ, ਜੋ ਅਸੀਂ ਐਕਟੀਵਿਟੀ ਕਰਾਂਗੇ ਉਹਦੇ ਨਾਲ ਸਾਡਾ ਟਾਈਮ ਅੱਛਾ ਪਾਸ ਹੋਏਗਾ। ਠੀਕ ਹੈ। ਤੇ ਇੱਕ ਜਿਵੇਂ ਸੁਦਰਸ਼ਨ ਜੀ ਨੇ ਕਿਹਾ ਸੀ, ਮੈਂ ਉਹਨਾਂ ਦੀ ਗੱਲ ਤੇ ਪੂਰੀ ਐਗਰੀ ਕਰਦੀ ਹਾਂ, ਪਰ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗੀ ਕਿ ਹੌਬੀ ਤੇ ਕਿਸੇ ਏਜ ਵਿੱਚ ਵੀ ਡਿਵੈਲਪ ਹੋ ਸਕਦੀ ਹੈ। ਜਿਸ ਤਰ੍ਹਾਂ ਮੈਂ ਆਪਣੀ ਗੱਲ ਕਰਾਂ, ਇੰਡੀਆ ਵਿੱਚ ਤਾਂ ਸਾਡੇ ਕੋਲ ਕਦੀ ਇੰਨਾ ਟਾਈਮ ਹੀ ਨਹੀਂ ਹੁੰਦਾ ਸੀ ਅਸੀਂ ਗੁਰਦੁਆਰੇ ਜਾਈਏ, ਕੀਰਤਨ ਸਿੱਖੀਏ, ਕੀਰਤਨ ਕਰੀਏ। ਹੁਣ ਇੱਥੇ ਸਾਡੇ ਕੋਲ ਟਾਈਮ ਹੁੰਦਾ ਹੈ ਤੇ ਸਾਨੂੰ ਮੈਨੂੰ ਅੱਛਾ ਲੱਗਦਾ ਹੈ ਮੈਂ ਨਵਾਂ ਸ਼ਬਦ ਸਿੱਖਾਂ ਹਾਰਮੋਨੀਅਮ ਤੇ ਗੁਰਦੁਆਰੇ ਜਾ ਕੇ ਅਸੀਂ ਕੀਰਤਨ ਕਰੀਏ। ਸੋ ਆਮ ਡਿਵੈਲਪਿੰਗ ਦੈਟ ਹੌਬੀ। ਸੋ ਪਹਿਲੇ ਹਾਰਮੋਨੀਅਮ ਆਂਦਾ ਸੀਗਾ ਤੁਹਾਨੂੰ? ਨਹੀਂ ਆਂਦਾ ਸੀ, ਮੈਂ ਇੱਥੇ ਸਿੱਖਿਆ। ਵਾਓ, ਵੈਰੀ ਨਾਈਸ ਜੀ ਜੀ। ਐਂਡ ਵੀ ਡੂ ਐਵਰੀ ਮੰਥ, ਅਸੀਂ ਬੀਬੀਆਂ ਦਾ ਇੱਕ ਗਰੁੱਪ ਬਣਾ ਲਿਆ ਜੋ ਐਵਰੀ ਮੰਥ ਅਸੀਂ ਕੀਰਤਨ ਕਰਦੇ ਹਾਂ ਗੁਰਦੁਆਰਾ ਸਾਹਿਬ 'ਚ। ਇੱਕ ਈਵਨਿੰਗ ਦਾ ਪੂਰਾ ਪ੍ਰੋਗਰਾਮ ਬੀਬੀਆਂ ਕਰਦੀਆਂ ਨੇ, ਸਭ ਨੇ ਕੀਰਤਨ ਇੱਥੇ ਆ ਕੇ ਸਿੱਖਿਆ। ਐਂਡ ਇੱਕ ਦੋ ਗੱਲਾਂ, ਇੱਕ ਤਾਂ ਸਾਡਾ ਟਾਈਮ ਅੱਛਾ ਪਾਸ ਹੋ ਜਾਂਦਾ, ਦੂਜੀ ਸਾਡੀ ਮਨ ਨੂੰ ਇੰਨੀ ਸੈਟੀਸਫੈਕਸ਼ਨ ਮਿਲਦੀ ਹੈ ਕਿ ਵੀ ਆਰ ਡੂਇੰਗ ਸਮਥਿੰਗ ਗੁੱਡ। ਵਾਓ। ਸੋ ਕਿਸੇ ਨੂੰ ਰੱਖਿਆ ਸਿੱਖਣ ਵਾਸਤੇ ਜਾਂ ਕਿਵੇਂ ਸਿੱਖਿਆ? ਗੁਰਦੁਆਰਾ ਸਾਹਿਬ ਭਾਈ ਸਾਹਿਬ ਹੈਗੇ ਨੇ, ਉਹ ਸਾਨੂੰ ਸਿਖਾਉਂਦੇ ਆ। ਹਾਂਜੀ, ਬਹੁਤ ਵਧੀਆ। ਨੋ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਦਿਸ, ਕਿਉਂਕਿ ਇਹ ਬੜੇ ਲੋਕਾਂ ਨੂੰ ਕੰਮ ਆਏਗਾ ਕਿ ਕਈ ਵਾਰੀ ਕਿਸੇ ਕੋਲ ਨਹੀਂ ਹੈ ਇੰਨਾ ਸ਼ੌਂਕ ਜਿਹੜਾ ਟਾਈਮ ਫਿਲ ਕਰਨ ਵਾਸਤੇ, ਤੇ ਇੱਕ ਨਵਾਂ ਡਿਵੈਲਪ ਕਰਨ ਵਾਸਤੇ ਕੋਈ ਏਜ ਨਹੀਂ ਹੈ। ਜੀ ਹਾਂਜੀ, ਪਤਾ ਇੱਕ ਕੀ ਹੁੰਦਾ, ਹੁਣ ਅਸੀਂ ਕੱਲ੍ਹ ਦੁਪਹਿਰ ਨੂੰ ਟਾਈਮ ਹੈਗਾ, ਮੈਨੂੰ ਪਤਾ ਕਿ ਮੈਂ ਨਵਾਂ ਸ਼ਬਦ ਸਿੱਖ ਰਹੀ ਹਾਂ, ਉਹਦੀ ਪ੍ਰੈਕਟਿਸ ਵੀ ਚਾਹੀਦੀ ਹੈ। ਸੋ ਵੀ ਨੀਡ ਟਾਈਮ ਟੂ ਪ੍ਰੈਕਟਿਸ, ਜਦੋਂ ਅਸੀਂ ਪ੍ਰੈਕਟਿਸ ਕਰਦੇ ਹਾਂ ਸਾਡਾ ਟਾਈਮ ਇੰਨਾ ਸੋਹਣਾ, ਸਪੈਂਡ ਈਵਨਿੰਗ ਆਫਟਰਨੂਨ ਸੋ ਗੁੱਡ, ਤੇ ਟਾਈਮ ਬੜਾ ਸੋਹਣਾ ਪਾਸ ਹੋ ਜਾਂਦਾ। ਦੂਜਾ, ਸਾਡੀ ਮੈਂਟਲ ਗਰੋਥ ਹੁੰਦੀ ਹੈ, ਇੱਕ ਤੁਸੀਂ ਨਵਾਂ ਚੀਜ਼ ਸਿੱਖ ਰਹੇ ਹੋ ਤਾਂ ਤੁਹਾਡੀ ਮੈਂਟਲ ਡਿਵੈਲਪਮੈਂਟ ਹੋਏਗੀ ਨਾ। ਬਿਲਕੁਲ, ਬ੍ਰੇਨ ਨੂੰ ਐਕਟਿਵ ਰੱਖਣ ਵਾਸਤੇ ਤੁਹਾਨੂੰ ਹਰ ਨਵੀਂ ਚੀਜ਼ ਸਿੱਖਣੀ ਚਾਹੀਦੀ ਹੈ। ਐਵਰੀ ਮੰਥ ਅਸੀਂ ਇੱਕ ਜਾਂ ਦੋ ਨਵੇਂ ਸ਼ਬਦ ਸਿੱਖ ਲੈਂਦੇ ਹਾਂ। ਕੀ ਬਾਤ ਹੈ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਦਿਸ ਹਰਮਿੰਦਰ ਜੀ, ਬਿਕੋਜ਼ ਇਹ ਬੜਾ ਸਾਡਾ ਜਿਹੜਾ ਸਵਾਲ ਸੀਗਾ ਕਿ ਕਿਸੇ ਵੀ ਏਜ ਦੇ ਵਿੱਚ ਨਵੀਂ ਚੀਜ਼ ਸਿੱਖਣੀ ਜ਼ਰੂਰੀ ਵੀ ਹੈ ਔਰ ਹੋ ਸਕਦੀ ਹੈ, ਤੁਸੀਂ ਐਗਜ਼ਾਮਪਲ ਹੋ ਦੇ। ਸੋ ਥੈਂਕ ਯੂ ਸੋ ਮਚ, ਬਿਕੋਜ਼ ਮੈਂ ਕਿਹਾ ਸਿੱਖਿਆ ਹਾਰਮੋਨੀਅਮ ਐਪੀ ਆ ਕੇ ਵਜਾਣਾ ਸਿੱਖਿਆ। ਸੋ ਇੰਨਾ ਟਾਈਮ ਕੰਜ਼ਿਊਮਿੰਗ ਹੈ, ਇੰਨਾ ਚੰਗਾ ਲੱਗਦਾ। ਓਕੇ ਦੈਨ, ਬਹੁਤ ਵਧੀਆ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਦਿਸ, ਕਿਉਂਕਿ ਬਹੁਤ ਜ਼ਰੂਰੀ ਵੀ ਹੈ। ਜਿਹੜੀਆਂ 올ਡ ਏਜ ਇਸ਼ੂਜ਼ ਹੈ ਨਾ, ਸਪੈਸ਼ਲੀ ਮੈਮਰੀ, ਡਿਮੈਂਸ਼ੀਆ, ਅਲਜ਼ਾਈਮਰਸ, ਉਹਦੇ ਵਾਸਤੇ ਰਿਕਮੈਂਡੇਸ਼ਨ ਹੀ ਹੈ ਕਿ ਕੁਝ ਨਵਾਂ ਸਿੱਖੋ। ਜਿਹੜਾ ਤੁਹਾਨੂੰ ਪਹਿਲੇ ਤੋਂ ਆਉਂਦਾ ਹੈ ਉਹ ਤੁਹਾਡੀ ਇੱਕ ਐਸੇ ਵਾਲਾ ਬ੍ਰੇਨ ਦਾ ਪਾਰਟ ਬਣ ਜਾਂਦਾ ਜਿਹੜਾ ਕਿ ਇੱਕ ਜਗ੍ਹਾ ਹੈ, ਬਟ ਨਵਾਂ ਸਿੱਖਣ ਨਾਲ ਸਾਡੀ ਜਿਹੜੀ ਨਵੀਂ ਉਹ ਐਕਸਰਸਾਈਜ਼ ਹੁੰਦੀ ਹੈ ਉਹ ਬਹੁਤ ਜ਼ਰੂਰੀ ਹੈ। ਸੋ ਦਿਸ ਇਜ਼ ਅ ਪਰਫੈਕਟ ਐਗਜ਼ਾਮਪਲ ਕਿ ਕਿਸੇ ਵੀ ਏਜ ਦੇ ਵਿੱਚ ਇੱਕ ਨਵਾਂ ਸ਼ੌਂਕ ਸ਼ੁਰੂਆਤ ਕਰਨਾ ਬਹੁਤ ਵਧੀਆ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਸ਼ਰਨਜੀਤ ਬੋਲ ਰਹੀ ਹਾਂ, ਕੈਲੀਫੋਰਨੀਆ ਤੋਂ। ਹਾਂਜੀ ਸ਼ਰਨਜੀਤ ਜੀ, ਦੱਸੋ। ਹਾਂਜੀ, ਮੈਂ ਵੀ ਨਾ ਗੁਣਗੁਣਾਉਂਦੀ ਰਹਿੰਦੀ ਹਾਂ ਕੁਛ ਨਾ ਕੁਛ। ਅੱਛਾ, ਸ਼ੌਕ ਹੈਗਾ ਨਾ ਸੁਦਰਸ਼ਨ ਜੀ ਵੀ, ਮੈਂ ਮੇਰੇ ਕੋਲ ਸ਼ਬਦ ਨਹੀਂ ਕਿ ਨਾ ਸ਼ਬਦਾਂ ਨਾਲ ਉਹਨਾਂ ਦੀ ਤਾਰੀਫ ਕੀਤੀ ਜਾ ਸਕੇ। ਮੈਂ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੀ ਹਾਂ, ਜਦੋਂ ਦੀ ਮੈਂ ਇੱਥੇ ਆਈ ਹਾਂ ਉਹਨਾਂ ਨੂੰ ਸੁਣਦੀ ਹਾਂ, ਮੈਨੂੰ ਬਹੁਤ ਅੱਛਾ ਲੱਗਦਾ। ਜਿਸ ਦਿਨ ਉਹਨਾਂ ਦੀ ਆਵਾਜ਼ ਨਾ ਸੁਣਿਆ ਮੈਨੂੰ ਏਦਾਂ ਲੱਗਦਾ ਵੀ ਕੁਛ ਮਿਸ ਹੈ। ਕਿਸੇ ਵੀ ਮਰਜ਼ੀ ਪ੍ਰੋਗਰਾਮ ਚ ਕਈ ਵਾਰੀ ਮੈਨੂੰ ਟਾਈਮ ਨਹੀਂ ਹੁੰਦਾ, ਮੈਂ ਨਹੀਂ ਸੁਣ ਪਾਉਂਦੀ। ਮੈਨੂੰ ਮਤਲਬ ਉਦੋਂ ਜਦ ਮੈਂ ਰਾਤ ਨੂੰ ਪੈਂਦੀ ਹਾਂ ਮੈਨੂੰ ਇਹ ਲੱਗਦਾ ਵੀ ਮੈਂ ਅੱਜ ਕੁਛ ਮਿਸ ਕਰਿਆ। ਸੋ ਵੈਸੇ ਵੀ ਮਿਊਜ਼ਿਕ ਸੁਣਨਾ ਮੈਨੂੰ, ਤੁਹਾਨੂੰ ਪਸੰਦ ਹੈ ਮਿਊਜ਼ਿਕ ਸੁਣਨਾ? ਪਸੰਦ ਹੈ, ਹਾਂਜੀ, ਹੈ ਨਾ? ਹਾਂਜੀ, ਗਾ ਵੀ ਲੈਂਦੇ? ਮੈਂ ਗੁਣਗੁਣਾਉਂਦੀ ਵੀ ਰਹਿੰਦੀ ਹਾਂ। ਹਾਂਜੀ, ਮੈਂ ਇੱਕ ਪੰਜਾਬੀ ਗਾਣਾ ਸੁਣਾਉਂਦੀ ਹਾਂ ਤੁਹਾਨੂੰ। ਚਲੋ ਸੁਣਾਓ, ਕੋਸ਼ਿਸ਼ ਕਰਦੀ ਹਾਂ ਨਾ। ਚੰਦ ਲਾਈਨਾਂ ਹੀ ਸੁਣਾਇਓ ਤਾਂ ਕਿ ਸਾਰਿਆਂ ਨੂੰ ਆਜੀ ਦੇ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀਆਂ, ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀਆਂ, ਗਲੀ ਪੁੱਲ ਨਾ ਜਾਵੇ ਚੰਨ ਮੇਰਾ ਆਏ ਨੀ, ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀਆਂ, ਕੁੱਟ ਕੁੱਟ ਚੂਰੀਆਂ ਮੈਂ ਚੰਨ ਲਈ ਰੱਖੀਆਂ, ਦੁੱਧ ਨੂੰ ਉਬਾਲ ਕੇ ਤੇ ਚੱਲਣੀਆਂ ਪੱਖੀਆਂ, ਦੁੱਧ ਨੂੰ ਉਬਾਲ ਕੇ ਤੇ ਚੱਲਣੀਆਂ ਪੱਖੀਆਂ, ਕਦੀ ਬਹਿਨੀਆਂ ਕਦੀ ਬਹਿਨੀਆਂ ਤੇ ਉੱਠ ਉੱਠ ਨਸਣੀਆਂ,
ਤੇ ਬਾਲ ਕੇ ਬਨੇਰੇ ਉੱਤੇ ਰੱਖਨੀਆਂ। ਥੈਂਕ ਯੂ, ਥੈਂਕ ਯੂ ਸੋ ਮਚ। ਇੰਨੇ ਸਵੀਟ ਸੌਂਗ ਹੈ ਉਸ ਟਾਈਮ ਦੇ, ਦੇ ਸੋ ਸਵੀਟ ਕਿ ਉਹ ਨਜ਼ਾਰਾ ਜਿਹੜਾ ਆ ਜਾਂਦਾ ਹੈ ਨਾ, ਮੈਨੂੰ ਲੱਗਦਾ ਅੱਜ ਕੱਲ੍ਹ ਦੇ ਬੱਚੇ ਤਾਂ ਉਸ ਰੋਮਾਂਸ ਨੂੰ, ਉਸ ਸਵੀਟਨੈਸ ਨੂੰ ਸਮਝ ਵੀ ਨਹੀਂ ਸਕਦੇ ਹੋਣੇ ਕਿ ਮੈਂ ਮਤਲਬ ਵੇਟ ਕਰ ਰਹੀ ਹਾਂ। ਔਰ ਬਿਊਟੀਫੁਲ, ਥੈਂਕ ਯੂ ਸੋ ਮਚ। ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਅੱਜ ਦਾ ਟੌਪਿਕ ਤੁਸੀਂ ਬਹੁਤ ਸੋਹਣਾ ਲੈ ਕੇ ਆਏ, ਬਹੁਤ ਵਧੀਆ ਟੌਪਿਕ ਹੈ। ਹਾਂਜੀ, ਤੁਹਾਡੇ ਅੱਜ ਦੇ ਟੌਪਿਕ ਤੋਂ ਮੈਨੂੰ ਕਾਫੀ ਸਾਰੀ ਜਿੱਦਾਂ ਮੇਰੀਆਂ ਹੌਬੀਜ਼ ਜਿਹੜੀਆਂ ਪੁਰਾਣੀਆਂ ਵੀ ਰਿਮਾਈਂਡ ਆਈਆਂ, ਤੇ ਆਪਣੇ ਆਪ ਨੂੰ ਦੇਖਿਆ ਵੀ ਮਤਲਬ ਜੇ ਮੇਰੀ ਹੌਬੀਜ਼ ਦੀ, ਮੈਂ ਆਪਣੀ ਹੌਬੀਜ਼ ਦੀ ਗੱਲ ਕਰਾਂ ਤਾਂ ਮੈਨੂੰ ਡਰੈਸ ਡਿਜ਼ਾਈਨਿੰਗ ਦਾ ਬੜਾ ਸ਼ੌਂਕ ਆ। ਕਿਹਦਾ, ਸੌਰੀ? ਮੈਨੂੰ ਡਰੈਸ ਡਿਜ਼ਾਈਨਿੰਗ ਦਾ। ਅੱਛਾ ਜੀ, ਅੱਛਾ ਜੀ। ਹਾਂਜੀ, ਡਰੈਸ ਡਿਜ਼ਾਈਨ ਕਰਨ ਦਾ ਬੜਾ ਸ਼ੌਂਕ ਹੈ। ਇੱਕ ਮੈਨੂੰ ਜਿੱਦਾਂ ਬੁੱਕਸ ਰੀਡ ਕਰਨ ਦਾ ਵੀ ਸ਼ੌਂਕ ਹੈਗਾ, ਤੇ ਸ਼ੌਂਕ ਪਹਿਲਾਂ ਮੈਨੂੰ ਰਾਈਟਿੰਗ ਦਾ ਤੇ ਸਿੰਗਿੰਗ ਦਾ ਬੜਾ ਸ਼ੌਂਕ ਸੀਗਾ ਨਾ ਪਹਿਲਾਂ, ਮਤਲਬ ਸਕੂਲ ਕਾਲਜ ਦੇ ਟਾਈਮ ਤੇ। ਪਰ ਹੁਣ ਜਿੱਦਾਂ ਜਦ ਦੀ ਮੇਰੀ ਬੇਟੀ ਹੋਈ ਆ, ਮੈਨੂੰ ਥੋੜਾ ਥੋੜਾ ਹੋਰ ਹੁਣ ਵੀ ਦੁਬਾਰਾ ਉਹ ਜਿੱਦਾਂ ਸ਼ੌਂਕ ਹੈ ਉਹ ਸਿੰਗਿੰਗ ਦਾ, ਗੁਣਗੁਣਾਉਣ ਦਾ ਥੋੜਾ ਜਿਹਾ ਦੁਬਾਰਾ ਮੇਰੇ ਚ ਜਾਗ ਗਿਆ ਸ਼ੌਂਕ ਜੇ ਕਹਿ ਦੋ। ਹਾਂਜੀ ਹਾਂਜੀ, ਮੈਂ ਥੋੜਾ ਜਿਹਾ ਕੋਸ਼ਿਸ਼ ਕਰਦੀ ਹਾਂ ਨਾ ਗੁਣਗੁਣਾਉਣ ਦੀ, ਮਤਲਬ ਥੋੜਾ ਜਿਹਾ ਟਰਾਈ ਕਰਦੀ ਹਾਂ, ਹੌਸਲਾ ਕਰਦੀ ਹਾਂ ਕੁਛ ਸੁਣਾ। ਪਲੀਜ਼ ਕਰੋ ਕਰੋ ਦੋ ਲਾਈਨਾਂ ਸਹੀ। ਹਾਂਜੀ, ਐਕਚੁਅਲੀ ਇਹ ਸੌਂਗ ਮੇਰੇ ਹਸਬੈਂਡ ਯੂਜ਼ਲੀ ਘਰ ਦੇ ਵਿੱਚ ਗੁਣਗੁਣਾਉਂਦੇ, ਮਤਲਬ ਗਾਉਂਦੇ ਰਹਿੰਦੇ ਆ, ਤਾਂ ਉਹ ਮੈਨੂੰ ਰਿਮਾਈਂਡ ਹੋਇਆ ਵਿਆ। ਹਾਂ ਹਾਂ, ਦੱਸੋ। ਕਦੀ-ਕਦੀ, ਹਾਂਜੀ ਕਦੀ-ਕਦੀ ਗਾਉਂਦੇ ਆ। ਤੁਮ ਅਗਰ ਸਾਥ ਦੇਣ ਕਾ ਵਾਦਾ ਕਰੋ, ਮੈਂ ਯੂਹੀ ਮਸਤ ਨਗਮੇ ਸੁਨਾਤਾ ਰਹੂੰ, ਤੁਮ ਮੁਝੇ ਦੇਖ ਕੇ ਮੁਸਕੁਰਾਤੀ ਰਹੋ, ਮੈਂ ਤੁਮੇ ਦੇਖ ਕੇ ਗੁਣਗੁਣਾਤਾ ਰਹੂੰ, ਤੁਮ ਅਗਰ ਸਾਥ ਦੇਣ ਕਾ ਵਾਦਾ ਕਰੋ, ਮੈਂ ਯੂਹੀ ਮਸਤ ਨਗਮੇ ਸੁਨਾਤਾ ਰਹੂੰ। ਵੈਰੀ ਨਾਈਸ ਕਰਮਜੀਤ, ਇਸ ਤੋਂ ਲੱਗਦਾ ਤੁਸੀਂ ਕਿਹਾ ਤੁਹਾਡੇ ਹਸਬੈਂਡ ਇਹ ਗੁਣਗੁਣਾਉਂਦੇ ਰਹਿੰਦੇ ਆ, ਸੋ ਲੁਕਸ ਲਾਈਕ ਹੀ ਲਵਸ ਯੂ ਅ ਲੋਟ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਬਹੁਤ ਸੋਹਣਾ ਰੋਮਾਂਟਿਕ ਗਾਣਾ, ਉਹ ਗੁਣਗੁਣਾਉਂਦੇ ਰਹਿੰਦੇ ਆ ਘਰ 'ਚ, ਹੋਰ ਕੀ ਚਾਹੀਦਾ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਹੌਬੀਜ਼, ਸ਼ੌਂਕ ਦੀ ਗੱਲ ਹੋ ਰਹੀ ਹੈ, ਔਰ ਸ਼ੌਂਕ ਦੇ ਵਿੱਚ ਇੱਕ ਹੋਰ ਬੜਾ ਪੋਟੈਂਸ਼ੀਅਲ ਹੈ, ਮਤਲਬ ਉਹਦੇ 'ਚ ਕਾਬਿਲਤਾ ਹੈ ਕਿ ਤੁਸੀਂ ਲਾਈਕ ਮਾਈਂਡਡ, ਕਿ ਤੁਹਾਨੂੰ ਫਲਾਣੇ ਨੂੰ ਵੀ ਸ਼ੌਂਕ ਹੈ, ਤੁਸੀਂ ਸਾਰੇ ਇਕੱਠੇ ਹੁੰਦੇ ਹੋ, ਔਰ ਸੋਸ਼ਲ ਕਨੈਕਸ਼ਨ ਮੰਨਿਆ ਗਿਆ ਕਿ ਉਹ ਹੈਪੀਨੈਸ ਦੀ ਕੁੰਜੀ ਹੈ, ਯੂ ਨੋ, ਖੁਸ਼ੀ ਦੀ ਕੁੰਜੀ ਹੈ ਕਿ ਤੁਸੀਂ ਇਕੱਠੇ ਹੋਵੋ। ਖਾਸ ਤੌਰ 'ਤੇ ਜਨਾਨੀਆਂ ਜਦੋਂ ਸਰ ਯੂ ਨੋ ਕੋਈ ਸ਼ੌਂਕ ਦੀ ਵਜ੍ਹਾ ਨਾਲ ਇਕੱਠੇ ਹੁੰਦੇ, ਭਾਵੇਂ ਉਹ ਗਿੱਧਾ ਭੰਗੜਾ ਹੈ, ਅਤੇ ਅੱਜ ਕੱਲ੍ਹ ਜਿਵੇਂ ਤੀਆਂ ਬੜੀ ਜਗ੍ਹਾ 'ਤੇ ਮਨਾਈ ਜਾ ਰਹੀਆਂ ਨੇ, ਸੋ ਇਕੱਠੀਆਂ ਹੁੰਦੀਆਂ, ਪ੍ਰਿਪਰੇਸ਼ਨ ਕਰ ਰਹੀਆਂ ਨੇ, ਤਿਆਰੀਆਂ ਹੋ ਰਹੀਆਂ, ਡਾਂਸ ਦੀ ਪ੍ਰੈਕਟਿਸ ਹੋ ਰਹੀ ਹੈ, ਸੋ ਉਹ ਸਾਰਾ ਸ਼ੌਂਕ ਦੀ ਉਪਜ ਹੈ, ਕ੍ਰੀਏਟਿਵ ਐਂਡ ਯੂ ਨੋ, ਉਹ ਸਾਰੀ ਜਿਹੜੀ ਕਲਾ ਹੈ ਉਹ ਇਹਦੇ 'ਚ ਹੀ ਹੈ ਕਿ ਹਾਂ ਤੁਹਾਡਾ ਸ਼ੌਂਕ ਹੈ, ਤੁਸੀਂ ਇਕੱਠੇ ਹੋ ਰਹੇ ਹੋ, ਅਤੇ ਫਿਰ ਉਹ ਸਹੇਲੀਆਂ ਜਿਹੜੀਆਂ ਇੱਕ ਦੂਜੇ ਵਾਸਤੇ, ਤੁਸੀਂ ਉੱਥੋਂ ਸ਼ੁਰੂ ਹੁੰਦਾ ਹੈ, ਭਾਵੇਂ ਪਾਠ ਕਰਨ ਵਾਸਤੇ ਤੁਸੀਂ ਇਕੱਠੇ ਹੋ ਰਹੇ ਹੋ, ਪਰ ਤੁਸੀਂ ਸਹੇਲੀਆਂ ਬਣ ਜਾਂਦੀਆਂ, ਸੋ ਉਹ ਕਨੈਕਸ਼ਨ ਜਿਹੜਾ ਬਣਦਾ ਹੈ ਨਾ, ਉਹ ਵੀ ਇੱਕ ਬਹੁਤ ਵਧੀਆ ਜਿਹੜਾ ਹੈ ਉਹ ਹੌਬੀਜ਼ ਤੋਂ ਅੱਗੇ ਉਹਦੀ ਉਪਜ ਹੈ। ਸੋ ਬੜੀ ਜ਼ਰੂਰੀ ਚੀਜ਼ ਹੈ ਕਿ ਖੁਸ਼ੀ ਵਾਸਤੇ, ਮਨ ਚੰਗਾ ਲਗਾਉਣ ਵਾਸਤੇ, ਸਮਾਂ ਚੰਗਾ ਬਿਤਾਉਣ ਵਾਸਤੇ ਹੌਬੀਜ਼ ਦਾ ਬਹੁਤ ਹੋਣਾ ਜ਼ਰੂਰੀ ਹੈ। ਇੰਜੀ ਸਮਝ ਆ ਰਹੀ ਹੈ, ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਅਰੁਣ ਜੀ। ਹਾਂਜੀ ਹਾਂਜੀ, ਸੁਰਿੰਦਰ ਜੀ ਕੀ ਸ਼ੇਅਰ ਕਰੋਗੇ? ਪਹਿਲਾਂ ਤਾਂ ਮੈਂ ਸੌਰੀ, ਅੱਜ ਮੈਨੂੰ ਟੌਪਿਕ ਦਾ ਨਹੀਂ ਪਤਾ ਕੀ ਹੈ। ਓ, ਸ਼ੌਂਕ ਕੀ ਹੈ ਤੁਹਾਡੇ, ਤੁਸੀਂ ਦੱਸੋ, ਅਸੀਂ ਹੌਬੀਜ਼ ਦੀ ਗੱਲ ਕਰ ਰਹੇ ਹਾਂ, ਸ਼ੌਂਕ ਕੀ ਹੈ? ਅੱਛਾ, ਬਿਨਾਂ ਸ਼ੌਂਕ ਦੇ ਮਿਲਾ ਲਿਆ, ਮਤਲਬ ਤੁਹਾਨੂੰ ਸਾਡੇ ਨਾਲ ਗੱਲ ਕਰਨ ਦਾ ਸ਼ੌਂਕ ਤੇ ਹੈ? ਹਾਂਜੀ, ਪਹਿਲਾਂ ਤਾਂ ਮੈਂ ਨਹੀਂ ਹੈ, ਜਸ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਚੈਨਲ ਦਿੱਤਾ ਹੈ, ਤੇ ਅਸੀਂ ਦਿਨ ਦੇ ਵਿੱਚ 4 ਟਾਈਮ ਉੱਥੇ ਗੱਲ ਕਰ ਸਕਦੇ ਹਾਂ ਜੇ ਸਾਡੇ ਕੋਲ ਟਾਈਮ ਆ ਤਾਂ। ਹੋਰ ਦੱਸੋ, ਹੋਰ ਸ਼ੌਂਕ ਕੀ ਹੈ? ਹਾਂਜੀ, ਤੇ ਹੋਰ ਮੈਂ ਤੇ ਮਤਲਬ ਕੋਈ ਕੰਮ ਜਿਵੇਂ ਕਹਿੰਦੇ ਹੁੰਦੇ ਆ ਨਾ, ਕੋਈ ਛੱਡਿਆ ਹੀ ਨਹੀਂ ਗਾ। ਅੱਛਾ ਜੀ, ਹਾਂਜੀ, ਨਾ ਤਾਂ ਇੰਡੀਆ ਵਿੱਚ ਛੱਡਿਆ। ਨਹੀਂ, ਹੁਣ ਸ਼ੌਂਕ ਨਾਲ ਕਰਨਾ, ਮਤਲਬ ਜਿਹੜਾ ਮੈਂ ਖਾਲੀ ਸਮੇਂ, ਮੈਨੂੰ ਇਹ ਆ ਵੀ ਮੈਂ ਆਪਣਾ ਕੰਮ ਨਾ, ਰੱਬ ਨੇ ਤਸੱਲੀ ਜੀ ਇੰਨੀ ਦਿੱਤੀ ਹੈ ਕਿ ਭੱਜ ਦੌੜ ਨਹੀਂ ਕਰਨੀ ਜ਼ਿਆਦੇ ਮੈਂ, ਤੇ ਆਪਣਾ ਕੰਮ ਸਹਿਜ ਮਤੇ ਨਾਲ ਉੱਠਣਾ ਹੈ, ਸਹਿਜ ਮਤੇ ਨਾਲ ਜਿਵੇਂ ਜਿਵੇਂ
ਕੋਈ ਚਾਹ ਪਾਣੀ ਪੀਣਾ ਹੈ, ਜਿਵੇਂ ਜਿਵੇਂ ਮੈਨੂੰ ਅੰਦਰੋਂ ਲਾਊਡ ਹੁੰਦਾ ਨਾ, ਮੈਂ ਹੁਣ ਉਹਦੇ ਮੁਤਾਬਕ ਚੱਲਦੀ ਹਾਂ। ਮੈਂ ਸਾਰਿਆਂ ਨੂੰ ਘਰੇ ਵੀ ਕਿਹਾ ਵਾ ਵੀ ਹੁਣ ਤਾਈ ਮੈਂ ਸਭ ਦੇ ਮੁਤਾਬਕ ਚੱਲੀ ਆ, ਹੁਣ ਮੈਥੋਂ ਕਿਸੇ ਦੇ ਮੁਤਾਬਕ ਨਹੀਂ ਚੱਲਿਆ ਜਾਂਦਾ ਗਾ। ਸਾਰੇ ਤੁਸੀਂ ਆਪਣੇ ਹਿਸਾਬ ਨਾਲ ਚੱਲੋ ਤੇ ਮੈਂ ਆਪਣੇ ਹਿਸਾਬ ਨਾਲ, ਮੈਂ ਕਿਸੇ ਨੂੰ ਕੁਛ ਨੀ ਕਹਿਣਾ ਗਾ ਠੀਕ ਹੈ ਵੀ ਆਹ ਨੀ ਕੀਤਾ ਤੇ ਆਹ ਨੀ ਕੀਤਾ ਗਾ। ਹਾਂਜੀ ਹਾਂਜੀ। ਤੇ ਜਿਹੜਾ ਜਿੰਨਾ ਕੁਛ ਹੁੰਦਾ ਮੈਥੋਂ ਘਰ ਦੇ ਵਿੱਚ, ਮੇਰੀ ਨੂੰਹ ਆ, ਮੇਰੀ ਪੋਤੀ ਆ, ਦੋ ਬੇਟੇ ਆ, ਤੇ ਮੈਂ ਆਪਣਾ ਕੰਮ ਪੂਰਾ, ਦੋ ਬਿੱਲੀਆਂ ਰੱਖੀਆਂ ਹੋਈਆਂ ਬੇਟੇ ਦੀਆਂ, ਤੇ ਮੈਂ ਬੀਜੀ ਹੁੰਨੀ ਆ, ਤੇ ਮੈਂ ਸ਼ੁਰੂ ਤੋਂ ਹੀ, ਮੈਨੂੰ ਗੀਤ ਗਾਉਣ ਦਾ ਬੜਾ ਸ਼ੌਂਕ ਸੀ ਸ਼ੁਰੂ ਤੋਂ ਹੀ। ਵਧੀਆ ਵਧੀਆ ਫਿਰ ਤਾਂ। ਜਿਹੜਾ ਸੀਗਾ ਕਿਉਂਕਿ ਗੀਤਾਂ ਦੇ ਰਾਹੀ ਨਾ ਅਸੀਂ ਹਰੇਕ ਰਿਸ਼ਤੇ ਦੀ ਵੈਲੂ ਨੂੰ ਸਮਝਦੇ ਆ। ਜੀ ਜੀ ਜੀ। ਕੋਈ ਹੈਗਾ ਗਾਣਾ ਤੇ ਸੁਣਾ ਦੋ ਛੋਟਾ ਜਿਹਾ, ਦੋ ਲਾਈਨਾਂ ਹੈ ਜੀ, ਕੋਈ ਦੋ ਲਾਈਨਾਂ ਸੁਣਾਉਂਦੇ ਹੋ ਤੇ ਹੋ ਜਾਏ ਫਿਰ। ਹਾਂਜੀ ਚਲੋ ਠੀਕ ਆ। ਪਿੱਛੇ ਪਿੱਛੇ ਆਉਂਦਾ ਮੇਰੀ ਤੋਰ ਵੇਂਦਾ ਆਈ, ਪਿੱਛੇ ਪਿੱਛੇ ਆਉਂਦਾ ਮੇਰੀ ਤੋਰ ਵੇਂਦਾ ਆਈ, ਚੀਰੇ ਵਾਲਿਆ ਢੂੰਡਦਾ ਆਈ ਵੇ, ਮੇਰਾ ਲੌਂਗ ਗਵਾਚਿਆ ਨਿਗਾਹ ਮਾਰਦਾ ਆਈ ਵੇ, ਮੇਰਾ ਲੌਂਗ ਗਵਾਚਿਆ। ਬਹੁਤ ਵਧੀਆ ਜੀ। ਸੋ ਮਤਲਬ ਸ਼ੌਂਕ ਬੜੇ ਹੈ ਪਰ ਆਪਣੇ ਸਹਿਜ ਨਾਲ। ਮੈਂ ਹਰੇਕ ਗੱਲ ਤੇ ਪਿੱਛੇ, ਜੇ ਮੇਰੇ ਹਸਬੈਂਡ ਕਹਿੰਦੇ ਸੀ ਜੇ ਕੋਈ ਗੱਲ ਕਰਨੀ ਆ ਨਾ ਮੈਨੂੰ ਉਹਦੇ ਤੇ ਬਹੁਤ ਪਹਿਲਾਂ ਦੇ ਗਾਣੇ ਯਾਦ ਆ ਜਾਂਦੇ ਆ, ਤੇ ਫਿਰ ਹੁਣ ਹੁਣ ਸਿਰਫ ਮੈਨੂੰ ਆਏ ਆ ਕਿ ਕੋਈ ਫਿਕਰ ਆਉਂਦਾ ਵੀ ਆ ਬੱਚਿਆਂ ਵੱਲੋਂ, ਕਈ ਵਾਰੀ ਕੋਈ ਆ ਜਾਂਦਾ ਏ, ਇੱਕ ਦਿਨ ਮੈਂ ਫਿਕਰ ਕਰਦੀ ਆ ਤੇ ਦੂਜੇ ਦਿਨ ਮੈਂ ਕਹਿੰਦੀ ਆ ਰੱਬ ਹੈਗਾ ਕਰਨ ਵਾਲਾ, ਮੈਂ ਕਿਉਂ ਕਰਾਂ। ਤੇ ਮਤਲਬ ਵੀ ਆਪਾਂ ਆਪਦਾ ਜਿਹੜਾ ਪਰਮਾਤਮਾ ਦਾ ਨਾਂ ਆਪਾਂ ਲਈਏ ਉਹੀ ਸਾਰੇ ਦੁੱਖਾਂ ਦੀ ਹੈਗੀ ਆ। ਆਪਣੇ ਆਪ ਨੂੰ ਬੀਜੀ ਜਿਵੇਂ ਵੀ ਕਰ ਸਕਦੇ ਆ, ਕੋਈ ਨੱਚ ਕੇ ਕਰ ਲੋ, ਗਾਲ ਕੇ ਕਰ ਲੋ, ਇੰਡੀਆ ਵਿੱਚ ਇੰਨੇ ਰਿਸ਼ਤੇਦਾਰ ਹਰ ਇੱਕ ਦੇ ਬੈਠੇ ਹੁੰਦੇ ਆਪਣੇ, ਠੀਕ ਹੈ ਜੀ। ਉਹ ਤੇਰ ਮੇਰ ਨੂੰ ਛੱਡ ਕੇ, ਗਿੱਸੇ ਗੁੱਲੇ ਗਿੱਲਿਆਂ ਨੂੰ ਛੱਡ ਕੇ ਤੇ ਹਰੇਕ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰੋ, ਤੇ ਪਿਆਰ ਹੀ ਸਭ ਤੋਂ ਪਿਆਰ ਵਧਾਓ ਤੇ ਬੰਦੇ ਦਾ ਦਿਲ ਭਰਿਆ ਰਹਿੰਦਾ ਹੈ, ਪਤਾ ਕੀ। ਬਹੁਤ ਵਧੀਆ ਸੁਰਿੰਦਰ ਜੀ, ਥੈਂਕ ਯੂ ਸੋ ਮਚ। ਸੋ ਲੱਗਦਾ ਸ਼ੌਂਕ ਇਹਨਾਂ ਦਾ ਇਸ ਵੇਲੇ ਹੈ ਕਿ ਸਹਿਜ ਰਹੋ, ਬਸ ਚੱਲੀ ਜਾਏਗਾ। ਇੱਕ ਵਿਸ਼ਵਾਸ ਹੈ ਕਿ ਸਭ ਕੁਝ ਹੋ ਹੀ ਜਾਣਾ, ਐਵੇਂ ਕੋਈ ਭੱਜ ਦੌੜ ਦੀ ਲੋੜ ਨਹੀਂ। ਇਹੀ ਸ਼ੌਂਕ ਇਸ ਵੇਲੇ ਇਹੀ ਲੱਗਦਾ ਇਹਨਾਂ ਦਾ ਮੇਨ। ਹੈਲੋ, ਹਾਂਜੀ, ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ ਜੀ? ਗੁਰਦੀਪ। ਹਾਂਜੀ ਗੁਰਦੀਪ ਜੀ, ਦੱਸੋ ਕੀ ਸ਼ੇਅਰ ਕਰੋਗੇ? ਹਾਂ, ਮੈਨੂੰ ਲਿਖਣ ਦਾ ਬਹੁਤ ਸ਼ੌਕ ਹੈ। ਆਲਰੇਡੀ 40,000 ਸਮਾਜਿਕ ਲੇਖ ਲਿਖ ਚੁੱਕਾ। ਪਹਿਲਾਂ ਮੈਂ ਰਾਫ ਕਾਪੀ ਤੇ ਲਿਖਦਾ, ਫਿਰ ਮੈਂ ਅਸਲੀ ਉੱਤੇ ਲਿਖਦਾ। ਅਸਲੀ ਉੱਤੇ ਮੈਂ 10 ਲਿਖ ਲਿਆ ਤੇ ਰਾਫ ਮੈਂ ਕੋਈ 25-30 ਮੇਰੇ ਕੋਲ ਪਏ ਆ, ਉਹਨਾਂ ਨੂੰ ਅਸਲੀ ਕਰਨਾ ਬਾਕੀ ਆ, ਦੋ ਕਾਪੀਆਂ ਮੈਂ ਲਾਈਆਂ। ਬਹੁਤ ਵਧੀਆ। ਸੋ ਖਾਲੀ ਟਾਈਮ 'ਚ ਤੁਸੀਂ ਲਿਖਦੇ ਹੋ? ਹਾਂਜੀ, ਮੈਂ ਸਮਾਜਿਕ ਲੇਖ ਲਿਖਦਾ। ਜਿੱਦਾਂ ਮੈਂ ਤੁਹਾਨੂੰ 10 ਲੇਖ ਜਿਹੜੇ ਲਿਖੇ ਉਹ ਪੜ੍ਹਨੇ ਨਹੀਂ ਹੈ, ਸਿਰਫ ਟੌਪਿਕ ਕੀ ਕਿਹੜੇ ਲਿਖੇ ਆ ਉਹ ਮੈਂ ਸੁਣਾਉਂਦਾ ਇੱਕ ਮਿੰਟ 'ਚ। ਹਾਂਜੀ, ਪਹਿਲਾ ਲਿਖਿਆ ਜਦੋਂ ਸਕੂਲ ਬੱਚੇ ਸਕੂਲੋਂ ਪੜ੍ਹ ਕੇ ਆਉਂਦੇ ਆ ਤਾਂ ਉਹਨਾਂ ਨੂੰ ਕਿਹੋ ਜਿਹੇ ਪ੍ਰਸ਼ਨ ਪੁੱਛੀਏ। ਦੂਜਾ ਲਿਖਿਆ ਬਜ਼ੁਰਗਾਂ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ। ਤੀਜਾ ਟੌਪਿਕ ਮੈਂ ਅਸਲੀ ਤੇ ਲਿਖ ਲਿਆ, ਜਦੋਂ ਵੀ ਕੋਈ ਸਾਡਾ ਅਪਮਾਨ ਕਰੇ ਤਾਂ ਉਸ ਵਕਤ ਸਾਨੂੰ ਕੀ ਕਰਨਾ ਚਾਹੀਦਾ। ਚੌਥਾ ਹੈ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਸਾਨੂੰ ਕੀ ਕੁਝ ਕਰਨਾ ਪਵੇਗਾ। ਬਹੁਤ ਵਧੀਆ। ਸੋ ਬੜੇ ਸਾਰੇ ਡਿਫਰੈਂਟ ਟੌਪਿਕਸ ਹਨ ਜਿਨ੍ਹਾਂ ਤੇ ਤੁਸੀਂ ਲਿਖਿਆ। ਹਾਂ, ਮੈਂ 10 ਟੌਪਿਕ, ਆਪਣਾ ਵਿਵਹਾਰ ਕਿਵੇਂ ਵਧੀਆ ਬਣਾਈਏ, ਟੈਨਸ਼ਨ ਫਰੀ ਕਿਵੇਂ ਰਹੀਏ, ਕ੍ਰੋਧ ਕਿਉਂ ਆਉਂਦਾ ਆ, ਕ੍ਰੋਧ ਦਾ ਕੀ ਕਾਰਨ ਆ, ਤੈਨੂੰ ਦੂਰ ਕਿਵੇਂ ਕਰੀਏ, ਆਲਸ ਕਿਉਂ ਆਉਂਦੀ ਆ, ਲੋਕ ਕਿਆ ਕਹਿਣਗੇ, ਕਿਵੇਂ ਸਿੱਧ ਕਰੀਏ, ਆਪਣੇ ਮਿਸ਼ਨ ਨੂੰ ਕਿੱਦਾਂ ਪੂਰਾ ਕਰੀਏ, ਆਪਣੀ ਸੋਚ ਨੂੰ ਕਿਵੇਂ ਬਦਲੀਏ। 10 ਟੌਪਿਕ ਮੈਂ ਆਲਰੇਡੀ ਲਿਖ ਚੁੱਕਾ। ਛੋਟੀ ਜਿਹੀ ਬ੍ਰੇਕ ਚ ਜਾਣ ਦਾ ਟਾਈਮ ਹੋ ਰਿਹਾ, ਪਰ ਜ਼ਰੂਰ ਸੁਜੈਸਟ ਕਰਾਂਗੇ ਕਿ ਇਹਨਾਂ ਨੂੰ ਕੰਪਾਈਲ ਕਰਕੇ ਆਪਣੀ ਇੱਕ ਕਿਤਾਬ ਛਪਵਾਓ। ਮੈਂ ਲੈਣੀ ਹੈ ਇੱਕ ਛੋਟੀ ਜਿਹੀ ਬ੍ਰੇਕ। ਵੈਲਕਮ ਬੈਕ। ਸ਼ੌਂਕ ਦੀ ਗੱਲ ਹੋ ਰਹੀ ਹੈ ਔਰ ਸ਼ੌਂਕ ਕਈ ਵਾਰੀ ਇੰਨਾ ਯੂ ਨੋ ਡਿਵੈਲਪ ਹੋ ਜਾਂਦਾ ਹੈ ਕਿ ਕਦੇ ਪਤਾ ਵੀ ਨਹੀਂ ਲੱਗਦਾ ਕਦੋਂ ਪ੍ਰੋਫੈਸ਼ਨ ਬਣ ਗਿਆ। ਜਿਸ ਤਰ੍ਹਾਂ ਗੁਰਦੀਪ ਜੀ ਨੇ ਕਿਹਾ, ਲਿਖਦੇ ਰਹੇ ਲੇਕਿਨ ਕਦੋਂ ਤੁਸੀਂ ਉਹਨੂੰ ਕਰਕੇ ਬੁੱਕ ਛਪਾ ਲੈਂਦੇ ਹੋ ਔਰ ਇੱਕ ਰਾਈਟਰ ਵਾਂਗੂ ਯੂ ਨੋ ਸਿੱਧ ਹੋ ਜਾਂਦੇ ਹੋ, ਈਵਨ ਪੈਸੇ ਕਮਾ ਲੈਂਦੇ ਹੋ ਉਹਦੇ ਉਸ ਸ਼ੌਂਕ ਕਰਕੇ। ਯੂ ਕੈਨ ਨੈਵਰ ਨੋ ਐਂਡ ਆਈ ਫੀਲ ਵੈਰੀ ਬਲੈਸਡ ਕਿਉਂਕਿ ਮੇਰਾ ਸ਼ੌਂਕ ਹੈ ਲੋਟ ਆਫ ਰੀਡਿੰਗ ਅਤੇ ਲੋਕਾਂ ਨਾਲ ਗੱਲ ਕਰਨਾ। ਮੈਂ ਭੁੱਲ ਵੀ ਗਈ ਹਾਂ ਕਿ ਲੋਕਾਂ ਦੀ ਸਟੋਰੀ ਸੁਣਨਾ, ਉਹਨਾਂ ਦੀ ਗੱਲ ਸੁਣ ਕੇ ਯੂ ਨੋ ਸੁਣਨਾ ਪੂਰੇ ਦਿਲ ਨਾਲ
ਉਹ ਮੇਰਾ ਸ਼ੌਂਕ ਹੈ ਕਿ ਪ੍ਰੋਫੈਸ਼ਨ, ਕਿਉਂਕਿ ਇੰਨਾ ਓਵਰਲੈਪਿੰਗ ਹੋ ਗਿਆ ਕਿ ਮੈਨੂੰ ਪ੍ਰੋਫੈਸ਼ਨ ਵਾਂਗੂ ਤਾਂ ਨਹੀਂ ਲੱਗਦਾ ਕਿ ਕੰਮ ਨਹੀਂ ਲੱਗਦਾ, ਅੱਛਾ ਲੱਗਦਾ, ਇਸ ਪਿੱਛੇ ਸ਼ੌਂਕ ਹੀ ਹੋਣਾ। ਸੋ ਆਈ ਐਮ ਸੋ ਬਲੈਸਡ ਕਿ ਉਹ ਦੋਨੋਂ ਚੀਜ਼ਾਂ ਓਵਰਲੈਪ ਕਰ ਰਹੀਆਂ। ਬਟ ਇਹ ਚੀਜ਼ ਕੋਈ ਯੂਨੀਕ ਨਹੀਂ ਹੈਗੀ, ਬੜੀ ਵਾਰੀ ਹੋ ਸਕਦਾ ਕਿ ਜਿੱਥੇ ਕੰਮ ਹੈ ਉੱਥੇ ਹੀ ਤੁਹਾਡਾ ਅਗਰ ਸ਼ੌਂਕ ਹੈ ਤਾਂ ਫਿਰ ਸਾਰੀ ਲਾਈਫ ਹੀ ਇੰਝ ਲੱਗਦਾ ਕਿ ਸ਼ੌਂਕ ਨਾਲ ਤੁਸੀਂ ਬਿਤਾ ਰਹੇ ਹੋ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਹਾਂਜੀ, ਕੌਣ ਬੋਲ ਰਹੇ ਹੋ ਜੀ? ਮੈਂ ਬਲਵਿੰਦਰ ਬੋਲਦੀ ਜੀ। ਹਾਂਜੀ ਬਲਵਿੰਦਰ ਜੀ, ਦੱਸੋ, ਸਤਿ ਸ਼੍ਰੀ ਅਕਾਲ, ਦੱਸੋ ਕੀ ਸ਼ੇਅਰ ਕਰਦੇ ਹੋ ਅੱਜ? ਅੱਜ ਸ਼ੇਅਰ ਕਰ ਲੈਂਦੇ ਆ ਆਪਾਂ ਰੱਖੜੀ ਦਾ। ਹਾਂਜੀ, ਤੇ ਕੀ ਸ਼ੌਂਕ ਕੀ ਹੈ ਤੁਹਾਡਾ? ਸਾਡਾ ਸ਼ੌਂਕ ਤੇ ਹੈ ਇਹ ਵੀ ਆਪਾਂ ਅਸੀਂ ਕਰਦੇ ਰਹੀਏ, ਗਾਣੇ ਗੁਣੇ ਵੀ ਗਾਉਂਦੇ ਰਹੀਏ, ਸ਼ੌਂਕ ਹਰ ਚੀਜ਼ ਦਾ ਸ਼ੌਂਕ ਰੱਖੀਦਾ। ਅੱਛਾ, ਵੈਰੀ ਗੁੱਡ। ਹਾਂਜੀ, ਸੋ ਗਾਣਾ ਸੁਣਾਉਣਾ ਚਾਹੋਗੇ? ਹਾਂਜੀ ਹਾਂਜੀ, ਰੱਖੜੀ ਦਾ। ਓਕੇ, ਗੋ ਅਹੈਡ, ਦੋ ਲਾਈਨਾਂ। ਹਾਂਜੀ, ਦੋ ਲਾਈਨ। ਭੈਣ ਕੋਲੋਂ ਵੀਰ ਵੇ ਬੁਨਾ ਲਾ ਰੱਖੜੀ, ਸੋਹਣੇ ਜੇ ਗੁੱਟ ਤੇ ਸਜਾ ਲਾ ਰੱਖੜੀ, ਹਾਏ ਸੋਹਣੇ ਜੇ ਗੁੱਟ ਤੇ ਸਜਾ ਲਾ ਰੱਖੜੀ, ਇਹਦੇ ਵਿੱਚ ਸੁੱਖਣਾ ਤੇਰੀ ਜਾਂ ਗੁੰਦੀਆਂ, ਵੀਰਾਂ ਲਈ ਇਹੋ ਭੈਣਾਂ ਕੋਲ ਹੁੰਦੀਆਂ, ਉਹ ਵੀਰਾਂ ਲਈ ਇਹੋ ਭੈਣਾਂ ਕੋਲ ਹੁੰਦੀਆਂ, ਚੁੰਮ ਕੇ ਕਲੇਜੇ ਨਾਲ ਲਾ ਲਾ ਰੱਖੜੀ, ਉਹ ਭੈਣ ਕੋਲੋਂ ਹਾਏ ਭੈਣ ਕੋਲੋਂ ਆਏ ਭੈਣ ਕੋਲੋਂ ਵੀਰ ਵੇ ਬੁਨਾ ਲਾ ਰੱਖੜੀ। ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਐਂਡ ਸਾਰਿਆਂ ਨੂੰ ਰੱਖੜੀ ਦੀਆਂ ਵਧਾਈਆਂ, ਕੱਲ ਰੱਖੜੀ ਵੀ ਹੈਗੀ ਹੈ। ਔਰ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਅਰਵਿੰਦ ਜੀ, ਮੈਂ ਕਿਹਾ ਅੱਜ ਫਾਇਦਾ ਉਠਾ ਲਾ ਮੈਂ ਤੁਹਾਡਾ। ਬਿਲਕੁਲ ਬਿਲਕੁਲ, ਟਿਕਟ ਲਿਆਣਾ ਨਹੀਂ ਹੈ। ਹਾਂਜੀ, ਆਪਣੀ ਮਨ ਪਸੰਦ ਦੀ ਇੱਕ ਗਜ਼ਲ ਹੈ ਛੋਟੀ ਜੀ, ਉਹ ਪੇਸ਼ ਕਰਾਂਗੇ। ਠੀਕ ਹੈ, ਕਪਲ ਆਫ ਲਾਈਨਸ ਹੋਰ। ਕਪਲ ਆਫ ਲਾਈਨ, ਠੀਕ ਹੈ ਜੀ। ਐ ਗਮੇ ਦਿਲ ਕਿਆ ਕਰੂੰ, ਵੈਸ਼ ਤੇ ਦਿਲ ਕਿਆ ਕਰੂੰ, ਕਿਆ ਕਰੂੰ ਕਿਆ ਕਰੂੰ, ਮੁਝ ਕੋ ਕਿਸਮਤ ਨੇ ਬਣਾਇਆ ਗਦਲੇ ਪਾਣੀ ਕਾ ਕਮਲ, ਖਾਕ ਮੇ ਮਿਲ ਮਿਲ ਗਏ ਦੀਰ ਜਾਏਗੀ ਬਦਲ, ਐ ਗਮੇ ਦਿਲ ਕਿਆ ਕਰੂੰ, ਵੈਸ਼ ਤੇ ਦਿਲ ਕਿਆ ਕਰੂੰ, ਰੂਠਨੇ ਵਾਲੇ ਕਿਸੀ ਮਜਬੂਰ ਸੇ ਰੂਠੇਗਾ ਕਿਆ, ਜਿਸ ਤਰ੍ਹਾਂ ਕਿਸਮਤ ਨੇ ਲੂਟਾ ਯੂੰ ਕੋਈ ਲੂਟੇਗਾ ਕਿਆ, ਐ ਮੇਰੇ ਟੂਟੇ ਹੋਏ ਦਿਲ ਔਰ ਤੂੰ ਟੂਟੇਗਾ ਕਿਆ, ਐ ਗਮੇ ਦਿਲ ਕਿਆ ਕਰੂੰ। ਬਹੁਤ ਥੈਂਕ ਯੂ, ਥੈਂਕ ਯੂ ਸੋ ਮਚ ਸੁਦਰਸ਼ਨ ਜੀ, ਤੁਸੀਂ ਸਾਨੂੰ ਬਹੁਤ, ਵੀ ਫੀਲ ਆਨਰਡ ਕਿ ਤੁਹਾਡਾ ਗਾਣਾ ਹੋਰ ਸੁਣਨ ਨੂੰ ਮਿਲਿਆ ਹੈ ਗਜ਼ਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ ਅਰਵਿੰਦ ਜੀ। ਹਾਂਜੀ ਗਿਆਨ ਸਿੰਘ ਜੀ, ਦੱਸੋ। ਮੈਂ ਤਾਂ ਦੱਸ ਚੁੱਕਾ ਕਈ ਦਫਾ, ਜਿੰਨੇ ਵੀ ਸ਼ੌਕ ਦੱਸੇ, ਗਾਉਣ ਵਾਲੇ ਬਹੁਤ ਵਧੀਆ, ਲਿਖਣ ਵਾਲੇ ਬਹੁਤ ਵਧੀਆ, ਖਾਣੇ ਪਕਾਉਣ ਦੇ ਬਹੁਤ ਸ਼ੌਕ ਹੀ ਆ ਨਾ ਜੀ, ਬਹੁਤ ਵਧੀਆ ਹੀ ਆ, ਪਰ ਮੈਨੂੰ ਕੋਈ ਸ਼ੌਕ ਉਲਟਾ ਹੀ ਪੈ ਗਿਆ ਵਿਆਹ ਕਰਾਉਣ ਦਾ। ਮੈਨੂੰ ਦੇਖੋ ਨਾ ਬਈ, ਜਦੋਂ 50-55 ਤੋਂ ਮੈਂ ਆਪਣੇ ਆਪਣਾ ਵਿਆਹ ਵੂ ਹੋ ਗਿਆ, ਸਾਡੇ ਤਾਂ ਆਪਣਾ ਕਾਰੋਬਾਰ ਕੀਤਾ,
ਤੇ ਪਹਿਲੋਂ ਸਾਡੀ ਦਾਦੀ ਕਰਦੀ ਸੀ, ਹੁਣ ਮੈਨੂੰ ਸੰਭਾਲ ਦਿੱਤਾ। ਤੇ ਦੇਖੋ 50-55 ਸਾਲ ਮੈਂ ਇਹ ਕੰਮ ਕੀਤਾ, ਕਹਿੰਦਾ ਕੀਤਾ ਕਹਿੰਦਾ ਪਰਮਾਤਮਾ ਨੇ ਕਰਾਇਆ। ਮੈਨੂੰ ਓਨੀ ਖੁਸ਼ੀ ਹੁੰਦੀ ਸੀ ਜਿੰਨੀ ਕਿਸੇ ਕੰਮ ਚ ਨਹੀਂ ਹੋ ਸਕਦੀ, ਜਦੋਂ ਕਿਸੇ ਦੋ ਪਰਿਵਾਰਾਂ ਦਾ ਕਦੇ ਗੱਲ ਬਣ ਜਾਂਦੀ ਸੀ ਮੁੰਡੇ ਕੁੜੀ। ਹੋਰ ਕੰਮ ਬੜਾ ਔਖਾ ਆ, ਕਹਿਣ ਨੂੰ ਹੀ ਆ ਜੋ ਮਰਜ਼ੀ ਹੈ ਨਾ, ਕਿਉਂਕਿ ਅੱਗੇ ਮੁੰਡੇ ਕੁੜੀਆਂ ਦੇ ਰਿਸ਼ਤੇ ਉਹਨਾਂ ਦੇ ਮਾਂ ਪਿਓ ਹੀ ਕਰਦੇ ਹੁੰਦੇ ਸੀਗੇ, ਹੁਣ ਤਾਂ ਮੁੰਡੇ ਕੁੜੀਆਂ ਆਪ ਹੀ ਕਰ ਲੈਂਦੇ ਹਨ, ਠੀਕ ਨਹੀਂ। ਪਰ ਜਿੰਨੀ ਸਾਨੂੰ ਖੁਸ਼ੀ ਇਸ ਕੰਮ ਚ ਮਿਲਦੀ ਸੀ, ਸਾਡਾ ਪਰਿਵਾਰ ਸਾਰਾ ਸਹਿਮਤ ਸੀਗਾ ਨਾਲ ਆਪਣੇ, ਹਨਾ। ਤੇ 50-55 ਸਾਲ ਇੰਨੀ ਵਧੀਆ ਜ਼ਿੰਦਗੀ ਕੱਢੀ ਆਪਾਂ, ਬਹੁਤ ਵਧੀਆ। ਤੇ ਪਰਮਾਤਮਾ ਨੇ ਸਾਥੋਂ ਲੁਕੋਇਆ ਵੀ ਕੁਛ ਨਹੀਂ, ਕਾਰੋਬਾਰ ਮੈਂ ਨੌਕਰੀ ਨਹੀਂ ਕੀਤੀ ਸਾਰੀ ਉਮਰ, ਇਸੇ ਕਰਕੇ ਨੌਕਰ ਤਾਂ ਬਣ ਜਾਂਦਾ, ਆਪਣਾ ਕੰਮ ਸੀਗਾ ਜਦੋਂ ਮਰਜ਼ੀ ਛੁੱਟੀ ਕਰ ਲਓ, ਜਦੋਂ ਮਰਜ਼ੀ ਕਰ ਲਓ। ਤੇ ਕਾਰੋਬਾਰ ਵੀ ਸੋਹਣਾ ਕਰ ਲਿਆ, ਬੱਚੇ ਵੀ ਆਪਣੇ ਸੀ ਪਾਲ ਲਏ, ਵਿਆਹ ਤੇ ਬਾਹਰ ਆ ਗਏ, ਹੁਣ ਬੱਚਿਆਂ ਦੇ ਬੱਚੇ ਵਿਆਹ ਤੇ, ਉਹਨਾਂ ਦੇ ਗਾਂ ਬੱਚੇ ਵੀ ਵਿਆਹ ਤੇ ਆ। ਥੈਂਕ ਯੂ ਸੋ ਮਚ ਗਿਆਨ ਸਿੰਘ ਜੀ, ਬਹੁਤ ਯੂ ਨੋ ਯੂਨੀਕ ਤਰ੍ਹਾਂ ਦਾ ਸ਼ੌਂਕ ਹੈ ਤੁਹਾਡਾ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਡੈਫੀਨੇਟਲੀ ਔਖਾ ਵੀ ਹੈ। ਕਹਿੰਦੇ ਨੇ ਬੜੀ ਖੁਸ਼ੀ ਮਿਲਦੀ ਸੀ ਜਦੋਂ ਪਰਿਵਾਰ ਮਿਲਦੇ ਸੀ, ਸੋ ਵਿਚ ਇਜ਼ ਬਿਊਟੀਫੁਲ ਕਿ ਪਰਿਵਾਰਾਂ ਨੂੰ ਮਿਲਣਾ ਬੜਾ ਬੜਾ ਹੀ ਨੇਕ, ਬੜਾ ਵਧੀਆ ਇਹ ਇੱਕ ਕੰਮ ਮੰਨਿਆ ਜਾਂਦਾ ਸੀ। ਔਰ ਪਰ ਇਹ ਵੀ ਹੈ ਕਿ ਡਰਦੇ ਸੀ ਸਾਰੇ ਕਿ ਨਾ, ਜਿਵੇਂ ਕਹਿੰਦੇ ਨੇ ਨਾ ਕਿ ਨਹੀਂ 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 ਕੁਛ ਗੜਬੜ ਹੋਈ ਨਾ, ਸਾਨੂੰ ਹੀ ਕਹੇਗਾ, ਇਸ ਪਿੱਛੇ ਨਾ ਕਰੋ। ਇਸ ਪਿੱਛੇ ਇਹ ਕਰਨਾ ਵੀ ਬੜਾ ਔਖਾ ਸੀ, ਪਰ ਇਹ ਇਹਨਾਂ ਨੂੰ ਚੰਗਾ ਲੱਗਦਾ ਸੀ, ਸ਼ੌਂਕ ਸੀ, ਵਿਚ ਇਜ਼ ਅ ਗ੍ਰੇਟ ਬਲੈਸਿੰਗ ਆਈ ਵੁੱਡ ਸੇ। ਸੋ ਇਸੀ ਤਰ੍ਹਾਂ ਬਹੁਤ ਸਾਰੇ ਸ਼ੌਂਕ ਹੈ, ਪਰ ਅੱਜ ਬਹੁਤ ਸਿੱਖਣ ਨੂੰ ਵੀ ਮਿਲਿਆ ਮੈਨੂੰ, ਜਿਵੇਂ ਹਰਮਿੰਦਰ ਜੀ ਨੇ ਕਿਹਾ ਕਿਸੇ ਵੇਲੇ ਵੀ ਕੋਈ, ਔਰ ਮੈਨੂੰ ਯਾਦ ਆ ਰਿਹਾ, ਔਰ ਸਭ ਨੂੰ ਮੈਂ ਯਾਦ ਕਰਾਵਾਂਗੀ ਕਿ ਬਚਪਨ ਨੂੰ ਯਾਦ ਕਰਕੇ ਦੇਖੋ, ਕੋਈ ਐਸੀ ਚੀਜ਼ ਸੀ ਜਿਹੜੀ ਬੜਾ ਅੱਛਾ ਲੱਗਦਾ ਸੀ ਕਿ ਇਹ ਕਰੀਏ। ਅਗਰ ਸੀਗਾ ਜਿਵੇਂ ਮੈਨੂੰ ਯਾਦ ਆ ਰਿਹਾ ਪੇਂਟਿੰਗ, ਮੈਂ ਬੜੀ ਦੇਰ ਤੋਂ ਕਹਿ ਰਹੀ ਹਾਂ ਪਰ ਮੈਂ ਕੀਤੀ ਨਹੀਂ, ਆਈ ਥਿੰਕ ਆਈ ਸ਼ੁੱਡ ਰਿਵਾਈਵ ਦੈਟ। ਜ਼ਰੂਰ ਕੁਛ ਨਾ ਕੁਛ ਉਹਦੇ ਵਿੱਚ ਕਰਨਾ ਚਾਹੀਦਾ, ਔਰ ਮਿਊਜ਼ਿਕ ਵੀ ਦੇ ਇਜ਼ ਨੈਵਰ, ਇਟਸ ਨੈਵਰ ਟੂ ਲੇਟ। ਕੋਈ ਇੱਕ ਸ਼ੌਂਕ ਨੂੰ ਦੁਬਾਰਾ ਸ਼ੁਰੂ ਕਰਕੇ ਨਵੀਂ ਚੀਜ਼ ਸਿੱਖ ਕੇ ਹਮੇਸ਼ਾ ਕਰ ਸਕਦੇ ਹੋ, ਬਟ ਦੇ ਫਿਲ ਆਰ ਟਾਈਮ ਸੋ ਵੈਲ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।